ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਦਿਖਲਾਵੇ ਕੋਈ ਆਵੇ ਸੰਤੋ ਮਦਰਾਸ ਹੱਤੇ ਦੀਆਂ ਜੇਲਾਂ ਨੂੰ ਚਾਲੇ ਮੈਜਰ ਕੁੱਕ ਨੇ ਖੁਸ਼ ਹੋ ਕੇ ਮੇਰੇ ਟਿਕਟ ਉੱਤੇ ਲਿਖ ਦਿੱਤਾ ਕਿ ਇਸ ਨੂੰ ਆਪਣੇ ਹੱਥੀਂ ਆਪ ਪ੍ਰਸ਼ਾਦਿਤ ਸਜਾਉਣ ਦਾ ਕਨਸੈਸ਼ਨ ਮਿਲਿਆ ਹੋਇਆ ਹੈ ਤੇ ਇਸ ਦੇ ਨਾਲ ਬਤੌਰ ਸਿੱਖ ਸੰਤ ਦੇ ਸਲੂਕ ਕੀਤਾ ਜਾਂਦਾ ਰਿਹਾ ਹੈ ਲੰਬੇ ਰਸਤੇ ਦੇ ਸਫ਼ਰ ਦੇ ਕਾਰਨ ਤੋਸ਼ੇ ਦੇ ਤੌਰ ਤੇ ਮਣ ਦੋ ਮਣ ਦੁੱਧ ਚੋਕੇ ਉਸ ਦਾ ਖੋਇਆ ਆਪਣੇ ਹੱਥੀਂ ਕੱਢ ਲੈਣ ਦਾ ਹੁਕਮ ਦੇ ਦਿੱਤਾ ਖੂਬ ਖੋਏ ਬਣਾਏ ਗਏ ਇੱਕ ਆਣ ਵਿੱਚ ਮਦਰਾਸ ਪ੍ਰੈਜ਼ੀਡੈਂਸੀ ਦੇ ਤਿਆਰੇ ਵੱਜ ਗਏ ਠੀਕ ਤਰੀਕਾ ਯਾਦ ਨਹੀਂ ਅਕਤੂਬਰ 1921 ਦਾ ਸਮਾਚਾਰ ਹੈ ਕਿ 4 4 5 5 ਸਾਥੀਆਂ ਨੂੰ ਵੱਖ-ਵੱਖ ਜ਼ਿਲਾਂ ਵਿੱਚ ਵੰਡਿਆ ਗਿਆ ਪਰ ਇਥੋਂ ਚਲਾਨ ਸਭ ਦਾ ਇਕੱਠਾ ਹੀ ਹੋਇਆ ਚਾਹੇ ਸਾਨੂੰ ਜੇਲ੍ਹ ਵਾਲਿਆਂ ਨੇ ਨਹੀਂ ਦੱਸਿਆ ਕਿ ਕਿਸ-ਕਿਸ ਦਾ ਕਿਹੜੇ-ਕਿਹੜੇ ਜੇਲ੍ਹ ਵਿੱਚ ਗੁਨਾ ਪਿਆ ਹੈ ਪਰ ਸਾਨੂੰ ਪਤਾ ਲੱਗ ਹੀ ਗਿਆ ਕਿ ਵੰਡੇ ਇਸ ਤਰ੍ਹਾਂ ਪਏ ਹਨ ਰਾਜਮੰਦਰੀ ਜੇਲ੍ਹ ਵੀਰ ਕਰਤਾਰ ਸਿੰਘ ਭਾਈ ਗੰਡਾ ਸਿੰਘ ਨਿਹੰਗ ਛੋਟਾ ਭਾਈ ਹਰਨਾਮ ਸਿੰਘ ਕਾਲਾ ਸੰਗਾ ਭਾਈ ਅਰਜਨ ਸਿੰਘ ਜਗਰਾਉਂ ਅਤੇ ਦਾਸ ਖਾਸ ਮਦਰਾਸ ਜੇਲ੍ਹ ਭਾਈ ਕਰਮ ਸਿੰਘ ਅਜਨੇਰ ਭਾਈ ਬਗੇਲ ਸਿੰਘ ਭਾਈ ਨੱਥਾ ਸਿੰਘ ਤੁੰਨ ਬੁਲਾਰੀ ਭਾਈ ਜਿੰਦਰ ਸਿੰਘ ਦੁੱਧਾਧਾਰੀ ਭਾਈ ਪਖਰ ਸਿੰਘ ਟੁੱਡੀਕੇ ਭਾਈ ਲਾਲ ਸਿੰਘ ਭਾਈ ਕੇਸਰ ਸਿੰਘ ਤੇ ਭਾਈ ਕਿਰਪਾ ਸਿੰਘ ਤ੍ਰਿਚਨਾਪਲੀ શ્રીਮਾਨ ਭਾਈ ਗੁਜਰ ਸਿੰਘ ਵੀਰ ਸੱਜਣ ਸਿੰਘ ਭਾਈ ਸੁੰਦਰ ਸਿੰਘ ਭਾਈ ਇੰਦਰ ਸਿੰਘ ਵੈਲੂਰ ਸ਼੍ਰੀਮਾਨ ਭਾਈ ਹੀਰਾ ਸਿੰਘ ਭਾਈ ਹਰਨਾਮ ਸਿੰਘ ਕਾਮਾਗਾਟਾ ਮਾਰੂ ਭਾਈ ਮਹਾਰਾਜ ਸਿੰਘ ਕੋਇਮਟੂਰ ਭਾਈ ਦਲ ਸਿੰਘ ਭਾਈ ਹਰੀ ਸਿੰਘ ਕੱਕੜ ਭਾਈ ਬਲਵੰਤ ਸਿੰਘ ਅਸੀਂ 23 ਦੇ 23 ਸੱਜਣ ਅੱਡੋ ਅੱਡ ਥਾਈ ਛੇ ਜਥਿਆਂ ਵਿੱਚ ਵੰਡੇ ਗਏ ਮਦਰਾਸ ਸੂਬੇ ਤਾਈ ਸਭ ਨੇ ਇਕੱਠੇ ਹੀ ਜਾਣਾ ਸੀ ਤੇ ਉਸ ਸੂਬੇ ਵਿੱਚ ਪਹੁੰਚ ਕੇ ਜਿਉਂ ਜਿਉਂ ਜਿਹੜਾ ਜੇਲ੍ਹ ਪਹਿਲਾਂ ਨੇੜੇ ਆਉਂਦਾ ਜਾਣਾ ਸੀ ਤਿਉਂ ਤਿਉਂ ਤਸ ਤਸ ਥਾਂਵ ਵੱਖੋ ਵੱਖ ਜੱਥਿਆਂ ਨੂੰ ਉਤਾਰੀ ਜਾਣਾ ਸੀ ਹਜ਼ਾਰੀ ਬਾਗ ਜੇਲ੍ਹ ਤੋਂ ਹਜ਼ਾਰੀ ਬਾਗ ਰੋਡ ਸਟੇਸ਼ਨ ਤਾਈ ਲਿਜਾਣ ਲਈ ਸਾਡੇ ਵਾਸਤੇ ਦੋ ਲਾਰੀਆਂ ਹਜ਼ਾਰੀ ਬਾਗ ਸ਼ਹਿਰ ਦੀ ਬੰਗਾਲੀਆਂ ਦੀ ਕੰਪਨੀ ਨਾਲ ਮਿਸਟਰ ਮੀਕ ਨੇ ਮੈਨ ਮੈਥ ਕੇ ਪ੍ਰਬੰਧ ਕੀਤਾ ਤਾਂ ਕਿ ਸਿੱਖਾਂ ਵਾਲੀ ਕੰਪਨੀ ਦੀਆਂ ਲਾਰੀਆਂ ਨਾਲ ਲਜਾਣੀਆਂ ਪੈਣ ਉਧਰ ਵੀਰ ਸੋਨ ਸਿੰਘ ਜੀ ਹੋਰਾਂ ਦੇ ਹਿਰਦੇ ਵਿੱਚ ਪ੍ਰੇਮ ਸਿੱਖ ਸੀ ਕਿ ਸਿੰਘ ਸਾਡੀਆਂ ਲਾਰੀਆਂ ਵਿੱਚ ਜਾਣ ਤੁਰੰਤੋ ਪਹਿਲਾਂ ਭਾਈ ਸੂਰਜ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਵੀਰਾਂ ਦੇ ਚਲਾਨ ਨਿਮਿਤ ਹੀ ਲਾਰੀਆਂ ਦੀ ਮੰਗ ਦੂਜੀ ਕੰਪਨੀ ਪਾਸੋਂ ਹੋ ਚੁੱਕੀ ਹੈ ਪ੍ਰੰਤੂ ਵੀਰ ਜੀ ਦੇ ਹਿਰਦੇ ਦੀ ਸੁੱਧ ਕਾਮਨਾ ਸਤਗੁਰੂ ਨੇ ਪਾਣਾ ਵਰਤਾ ਕੇ ਪੂਰੀ ਕਰ ਹੀ ਦਿੱਤੀ ਨੇਤ ਐਸੀ ਹੋਈ ਕਿ ਉਸ ਸਮੇਂ ਉਸ ਕੰਪਨੀ ਪਾਸ ਕੋਈ ਲਾਰੀ ਤਿਆਰ ਨਹੀਂ ਸੀ ਖਾਰਕੇ ਸਿੰਘ ਹੋਰਾਂ ਦੀਆਂ ਲਾਰੀਆਂ ਹੀ ਲੈ ਜਾਣੀਆਂ ਪਈਆਂ ਵੀਰ ਸੋਨ ਸਿੰਘ ਜੀ ਦੀਆਂ ਖੁਸ਼ੀਆਂ ਦਾ ਅੰਤ ਨਾ ਰਿਹਾ ਤਰਨ ਤੋਂ ਪਹਿਲਾਂ ਹੀ ਜੇਲਰ ਮੀਕ ਨੇ ਸਾਰਿਆਂ ਨੂੰ ਡੰਡੇ ਬੇੜੀਆਂ ਨਾਲ ਜਕੜ ਕੇ ਨੂਰ ਦਿੱਤਾ ਤੇ ਹਥਕੜੀਆਂ ਵੀ ਲਾਉਣ ਹੀ ਲੱਗਾ ਸੀ ਕਿ ਸੁਪਰਡੈਂਟ ਮੇਜਰ ਕੱਕ ਨੇ ਆ ਕੇ ਹਟਾ ਦਿੱਤਾ ਕਿ ਸਾਨੂੰ ਉੱਪਰੋਂ ਹਥਕੜੀਆਂ ਲਾਉਣ ਦਾ ਕੋਈ ਹੁਕਮ ਨਹੀਂ ਆਇਆ ਬੇੜੀਆਂ ਸਧਾਰਨ ਰਹਿਣ ਦਿਓ ਹੁਣ ਲੱਗ ਜੋ ਗਈਆਂ ਸਾਨੂੰ ਤਰਨ ਸਮੇ ਦਾ ਬੈਰਾਗ ਮਹਿ ਨਜ਼ਾਰਾ ਜੇਲ੍ਹ ਤੋਂ ਬਾਹਰ ਮੋਟਰ ਲਾਰੀਆਂ ਖੜੀਆਂ ਸਨ ਜਦ ਅਸੀਂ ਬਾਹਰ ਸਵਾਰ ਹੋਣ ਲਈ ਨਿਕਲੇ ਤਾਂ ਸਾਰਾ ਜੇਲ੍ਹ ਅਮਲਾ ਤੇ ਉਹਨਾਂ ਦੇ ਪਰਿਵਾਰ ਸਾਨੂੰ ਚੜਦਿਆਂ ਹੋਇਆਂ ਨੂੰ ਵੇਖਣ ਲਈ ਇਕੱਠੇ ਹੋਏ ਸੈਂਕੜੇ ਸਿਪਾਹੀ ਅਤੇ ਉਹਨਾਂ ਦੇ ਘਰਬਾਰੀ ਆਣ ਉੱਥੇ ਜਮ੍ਹਾਂ ਹੋਏ ਹਮਦਰਦ ਰੂਹਾਂ ਸਾਧੂ ਰਾਧਾ ਸਿੰਘ ਜੀ ਆਦੀਆਂ ਬਿਰਹੇ ਜਦਾਈਆਂ ਕਰ ਪੁੱਬਾ ਨਿਕਲ ਗਈਆਂ ਕਠੋਰ ਤੋਂ ਕਠੋਰ ਮਨੁ ਵੀ ਮੂਮ ਹੋਏ ਖੜੇ ਸਨ ਮੋਟਰਾਂ ਵਿੱਚ ਚੜਨਸਾਰ ਹੀ ਸਾਰੀ ਸੰਗਤ ਅਰਦਾਸੇ ਲਈ ਖਲੋ ਗਈ ਅਰਦਾਸਾ ਕਰਨ ਦਾ ਹੁਕਮ ਦਾਸ ਨੂੰ ਹੋਇਆ ਸਤਿਗੁਰੂ ਨੇ ਆਪ ਹੀ ਅਰਦਾਸ ਕਰਾਈ ਅਤਿਅੰਤ ਹੀ ਅਦਭੁਤ ਕਲਾ ਵਰਤਾਈ ਸਮਾਪਤੀ ਪਛਾਤ ਦੇਖਾਂ ਤਾਂ ਸਾਰੀ ਸੰਗਤ ਸੱਜਣ ਨੇਤਰ ਸੀ ਇੱਕ ਸਨਾਟੇ ਦਾ ਆਲਮ ਮਛਾਇਆ ਹੋਇਆ ਸੀ ਪੰਜ ਜਕਾਰੇ ਗਜਾਏ ਗਏ ਤੇ ਸ਼ਬਦ ਕੀਰਤਨ ਦੀ ਧੁਨੀ ਗੂੰਜ ਉੱਠੀ ਵੇਖਣ ਵਾਲੀ ਸਾਰੀ ਲੁਕਾਈ ਹਲੂਣੀ ਗਈ ਸਾਡੇ ਨਾਲ ਲਾਰੀਆਂ ਵਿੱਚ ਬੈਠੇ ਮਿਲਟਰੀ ਪੁਲਿਸ ਦੇ ਨੰਗੀਆਂ ਸਿੰਘੀਨਾ ਵਾਲੇ ਗੁਰਖੀਆਂ ਨੇ ਸਿੰਘੀਨਾ ਨਾਲ ਸਲਾਮੀ ਉਤਾਰੀ ਜਿੰਨਾਂ ਕ ਅਸੀਂ ਸੀ ਉਹਨੇ ਕੀ ਗੁਰਖੇ ਸਪਾਈ ਸਨ ਤੇ ਇੱਕ ਦੇਸੀ ਇਨਸਪੈਕਟਰ ਉਹਨਾਂ ਦਾ ਇੰਚਾਰਜ ਸੀ ਤੇ ਸਾਡਾ ਸਾਰਿਆਂ ਦਾ ਚਾਰਜ ਇੱਕ ਗੋਰੇ ਇਨਸਪੈਕਟਰ ਪੁਲਿਸ ਦੇ سپرد ਸੀ ਇਕ ਗੁਰਾ ਇੰਸਪੈਕਟਰ ਬੜਾ ਹੀ ਨਰਮ ਸੁਾਈ ਮਿਸ਼ਨਰੀ ਸੀ ਐਸੇ ਸਾਡੇ ਨਾਲ ਚੰਗਾ ਸਲੂਕ ਕਰਨ ਦਾ ਯਕੀਨ ਦਿਵਾਇਆ ਪਹਿਲਾ ਸਬੂਤ ਉਸ ਨੇ ਆਪਣੇ ਨੇਕ ਹੋਣ ਦਾ ਇਹ ਦਿੱਤਾ ਕਿ ਸਾਡੇ ਨਤਨੇਮ ਦੇ ਗੁੱਟ ਕੇ ਬੰਦ ਬੰਡਲਾ ਵਿੱਚੋਂ ਕਢਵਾ ਕੇ ਸਾਡੇ ਗੱਤ ਨਹੀਂ ਪਵਾ ਦਿੱਤੇ ਹਜ਼ਾਰੀ ਬਾਗ ਸ਼ਹਿਰ ਵਿੱਚ ਉਹਨਾਂ ਦਿਨੀ ਪੰਜਾਬ ਤੋਂ ਸ਼੍ਰੀਮਤੀ ਸਰਲਾ ਦੇਵੀ ਲੈਕਚਰ ਕਰਨ ਆਈ ਹੋਈ ਸੀ ਸੋ ਸ਼ਹਿਰ ਵਾਲਿਆਂ ਨੇ ਉਸ ਦਿਨ ਮੀਟਿੰਗ ਕਰਨ ਦਾ ਉਸ ਸੜਕ ਦੇ ਕਿਨਾਰੇ ਪ੍ਰਬੰਧ ਕੀਤਾ ਜੋ ਜੇਲ੍ਹ ਤੋਂ ਸਟੇਸ਼ਨ ਵੱਲ ਨੂੰ ਜਾਂਦੀ ਸੀ ਉਹਨਾਂ ਦਿਨੀ ਮੁਲਕ ਵਿੱਚ ਬੜਾ ਹੀ ਜੋਸ਼ੁਖ ਰੁਸ਼ੀ ਸੀ ਪਰੰਤੂ ਸੀਆਈਡੀ ਵਾਲਿਆਂ ਨੂੰ ਤਾਂ ਪਤਾ ਹੀ ਸੀ ਉਹ ਮੀਟਿੰਗ ਸਥਾਨ ਤਾਂ ਲਾਂਭੇ ਕਰ ਹੀ ਨਹੀਂ ਸਕਦੇ ਸਨ ਮੋਟਰਾਂ ਨੂੰ ਹੀ ਜਿਨ੍ਹਾਂ ਵਿੱਚ ਅਸੀਂ ਸਵਾਰ ਸੀ ਦੂਜੀ ਸੜਕੇ ਵਿੰਗੇ ਰਸਤੇ ਲੰਘਾ ਦਿੱਤਾ ਸਾਰੇ ਦੇਸ਼ ਭਗਤ ਤੜੀਕਦੇ ਹੀ ਰਹਿ ਗਏ ਬੜੇ ਨਿਰਾਸ਼ ਹੋਏ ਹੋਣਗੇ ਸਾਨੂੰ ਵੀ ਬੜੀ ਨਿਰਾਸ਼ਤਾ ਹੋਈ ਸਾਡੀਆਂ ਲਾਰੀਆਂ ਉਹਨਾਂ ਨੇ ਮੀਟਿੰਗ ਸਥਾਨ ਦੇ ਕੋਲ ਖੜੀਆਂ ਕਰ ਲੈਣੀਆਂ ਮਿੱਥੀਆਂ ਹੋਈਆਂ ਸਨ ਪਰ ਸੀਆਈਡੀ ਵਾਲੇ ਪਹਿਲਾਂ ਹੀ ਤੜ ਗਏ ਬਿਹਾਰੀ ਭਜੰਗੀ ਲੁੱਕ ਨੇ ਹੋਲੀ ਨਿੱਕੂ ਫੌਜਾਂ ਦੂਰ ਤਾਈ ਲਾਰੀਆਂ ਦੇ ਪਿੱਛੇ ਤੱਕਦੀਆਂ ਛਪਣ ਹੋ ਗਈਆਂ वीर सोहन सिंह वाली लारी ਵਿੱਚ ਅਸੀਂ ਸੱਜ ਗਏ ਐਨ ਵੀਰ ਸੋਹਣ ਸਿੰਘ ਨੇ ਆਪਣੇ ਪਾਸ ਹੀ ਮੇਰੇ ਵਾਸਤੇ ਸੀਟ ਰਿਜ਼ਰਵ ਰੱਖ ਲਈ ਔਰ ਅੱਜ ਦਿਲ ਦੇ ਜ਼ਿਗਰੀਆਂ ਦੇ ਖੁੱਲੀਆਂ ਜੱਫੀਆਂ ਪਾਪਾ ਮਿਲੇ ਹੋਏ ਸਭਨਾਂ ਦੇ ਚਿਹਰੇ ਉੱਤੇ ਗੱਜ-ਗੱਜ ਲਾਲੀਆਂ ਚੜੀਆਂ ਹੋਈਆਂ ਸਨ ਐਸਾ ਪਾਸਦਾ ਸੀ ਕਿ ਕੋਈ ਜੰਦ ਚੜੀ ਜਾਂਦੀ ਹੈ ਲੋਕੀ ਦੇਖ ਕੇ ਹੈਰਾਨ ਸਨ ਕਿ ਇਹਨਾਂ ਨੂੰ ਦੇਸੀ ਪਰਦੇਸੀ ਵੱਧੇ ਜਾਣ ਦਾ ਫਿਕਰ ਹੀ ਨਹੀਂ ਸਭ ਦੇ ਚਤ ਵਿੱਚ ਇਹ ਨਿਸ਼ਚਾ ਹੋ ਗਿਆ ਕਿ ਇਹਨਾਂ ਦਾ ਚਲਣਾ ਪੰਜਾਬ ਨੂੰ ਹੋਇਆ ਹੈ ਉੱਥੇ ਜਾ ਕੇ ਇਹ ਰਹਾ ਹੋ ਜਾਣਗੇ ਬਰਸਾਂ ਬੱਧੀ ਜੇਲਾਂ ਦੀ ਚਾਰਦੀਵਾਰੀ ਵਿੱਚ ਦਿਨ ਰਾਤ ਬੰਦ ਹੋਏ ਰਹਿੰਦਿਆਂ ਨੂੰ ਅੱਜ ਖੁੱਲੀਆਂ ਪਾਉਣਾ ਬਹਾਰ ਦੀਆਂ ਲੱਗੀਆਂ ਮਨ ਨੂੰ ਬਹਿਸ਼ਤਾਂ ਦੀਆਂ ਸਾਰਾ ਹੋਈਆਂ ਠੰਡੇ ਪਹਾੜੀ ਦੇਸ਼ ਦੇ ਸੁਹਾਵਣੇ ਨਜ਼ਾਰੇ ਚਾਰਸਪੇਰੇ ਸਬਜ ਜਾਰ ਤੇ ਕੁਦਰਤੀ ਲਹਿਲਹਿਾਮ ਦੀ ਅਦੁੱਤੀ ਬਹਾਰ ਵਜੀ ਹੋਈ ਸੀ ਕਿਤੇ ਹਰਿਆਵਲੇ ਖੇਤ ਕਿਤੇ ਚਤਰਫੇ ਪਰਬਤਾਂ ਦੀ ਪੰਤੂਪਾਤ ਕਤਾਰ ਕਿਤੇ ਦੂਰ ਤਾਈ ਸੰਘਣੇ ਜੰਗਲ ਅਤੇ ਲਹਿਲਹੌਂਦੇ ਬਿਰਸ਼ਾਂ ਦੇ ਚੁੰਡਾਂ ਦੇ ਚੁੰਡ ਨੋਬਹਾਰੀ ਫੁਹਾਰਾਂ ਦੇ ਪਵਨ ਚਿਕੋਲੇ ਮੋਟਰ ਲਾਰੀਆਂ ਵਿੱਚ ਬੈਠਿਆਂ ਨੂੰ ਠੰਡੇ ਠਾਰ ਕਰੀ ਜਾਣ। ਨੀਲੰਬਰੀ ਆਕਾਸ਼ ਪੁਲਾੜ ਜ਼ਮੁਰਦੀ ਪਹਾੜਾਂ ਦੇ ਉੱਪਰ ਦੀ ਅਤੇ ਵਿੱਚ ਦੀ ਅਜੂਬ ਫਵਿਸ਼ਬੀ ਸ਼ਾਨ ਦਿਖਾ ਰਿਆ ਸੀ। ਕੁਦਰਤੀ ਕੈਨਤ ਵੇਖ-ਵੇਖ ਕਾਦਰੀ ਰੰਗਾਂ ਵਿੱਚ ਹੋਰ ਵੀ ਮਹਿਬ ਹੋ ਜਾਈਦਾ ਸੀ। ਵੀਰ ਸੋਹਣ ਸਿੰਘ ਜੀ ਪਾਸ ਬੈਠੇ ਇਸ ਰਸਮਗੰਨਤਾ ਨੂੰ ਹੋਰ ਵਧਾਈ ਜਾਂਦੇ ਸਨ। ਅਤੇ ਇਸ ਦੇਸ਼ ਦੀ ਵਸੂ ਵਰਤੋਂ ਦੀਆਂ ਰਮਜ਼ਾ ਸੁਣਾਏ ਸੁਣਾਏ ਉਸ ਕੁਦਰਤੀ ਆਨੰਦ ਰਸ ਨੂੰ ਹੋਰ ਵੀ ਵਧਾਰੇ ਸਨ ਵੀਰ ਸੂਨ ਸਿੰਘ ਜੀ ਨੇ ਗੁਪਤ ਸੇਵਾ ਅਰਪਣ ਕਰਨ ਲਈ ਅਤਿਸ਼ੈ ਕਰਕੇ ਮਜਬੂਰ ਕੀਤਾ ਤੇ ਉਹ ਹਮਦਰਦੀ ਦਿਖਾਈ ਜੋ ਅੰਤਲੇ ਸਵਾਸਾਂ ਤੱਕ ਜਾਤ ਰਹੇਗੀ ਅਸੀਂ ਇਹ ਸੇਵਾ ਦੇ ਬਦਲੇ ਕਿਤੇ ਵੀ ਨਹੀਂ ਦੇ ਸਕਦੇ ਅੱਧ ਵਿੱਚ ਜਾ ਕੇ ਅਰਥਾਤ ਹਜ਼ਾਰੀ ਬਾਗ ਤੋਂ 20 ਕਿਮੀਲ ਦੇ ਫਾਸਲੇ ਤੇ ਮੋਟਰ ਲਾਰੀਆਂ ਖੜੀਆਂ ਕੀਤੀਆਂ ਗਈਆਂ ਇੱਥੇ ਛੋਟਾ ਜਿਹਾ ਇੱਕ ਜੰਗਲੀ ਪਿੰਡ ਸੀ ਤੇ ਕੁਝ ਦੁਕਾਨਾਂ ਐਨ ਸੜਕ ਉੱਪਰ ਹੀ ਸਨ ਆਰਾਮ ਕਰਨ ਹਿਤ ਠਹਿਰੇ ਮਾਰੇ ਇਤਨੇ ਵਿੱਚ ਉੱਥੇ ਨਗਰ ਨਿਵਾਸੀਆਂ ਦਾ ਤਕੜਾ ਇਕੱਠ ਹੋ ਗਿਆ। ਉਹਨਾਂ ਨੂੰ ਕਿਸੇ வித ਪਤਾ ਲੱਗ ਗਿਆ ਕਿ ਦੇਸ਼ ਭਗਤਾਂ ਦੀਆਂ ਫੌਜਾਂ ਚਲਾਨ ਹੋਈਆਂ ਜਾ ਰਹੀਆਂ ਹਨ। ਦਮੜਿਆਂ ਦੀਆਂ ਥੈਲੀਆਂ ਉਦਾਲੇ ਲਈ ਫਿਰਨ ਬੜਾ ਹੀ ਪੁੱਜ ਕੇ ਪ੍ਰੇਮ ਕੀਤਾ। ਬੱਚੇ-ਬੱਚੇ ਵਿੱਚ ਦੇਸ਼ ਭਗਤੀ ਦਾ ਪ੍ਰੇਮ। ਅਸੀਂ ਦੇਸ਼ ਦੀ ਇਹ ਦਸ਼ਾ ਦੇਖ ਕੇ ਬੜੇ ਨਿਹਾਲ ਹੋਏ। ਇੱਕ Hindu ਦੇਸ਼ ਭਗਤ ਨੇ ਮੱਲੋ ਮੱਲੀ 100 ਦਮੜੇ ਦੀ ਥੈਲੀ ਅਰਪਣ ਕਰ ਹੀ ਦਿੱਤੀ। ਵੀਰਪਿਆਰੇ ਭਾਈ ਸੋਨ ਸਿੰਘ ਨੇ ਜਦ ਦੇਖਿਆ ਕਿ ਉਹ ਟਲਦਾ ਹੀ ਨਹੀਂ ਤਾਂ 100 ਦਮੜੇ ਦਾ ਨੋਟ ਆਪਣੇ ਪਾਸੋਂ ਕੱਢ ਕੇ ਉਸ ਨੂੰ 100 ਦਮੜਿਆਂ ਦੇ ਬਦਲੇ ਫੜਾ ਦਿੱਤਾ। ਉਹ ਲਵੇ ਨਾ ਤੇ ਵੀਰ ਹੋਣੀ ਦੇ ਰੋਣਾ ਹਟਣ ਔੜਕ ਅੱਧੋ-ਅੱਧ ਹਿੱਸਾ ਮਿਲਾਉਣ ਦਾ ਫੈਸਲਾ ਹੋਇਆ ਸਾਨੂੰ ਵੀ ਸੰਕੋਚ ਸੀ ਅਸੀਂ ਬਥੇਰੇ ਬਾਣੇ ਬਾਹੇ ਪਰ ਉਹ ਇੱਕ ਨਾ ਸੁਣਨ ਲਈਏ ਦਈਏ ਵੀਰ ਸੂਨ ਸਿੰਘ ਜੀ ਜੈ ਵਿਜੇ ਪਾ ਹੀ ਗਏ ਉੱਥੋਂ ਸਵਾਰ ਹੋ ਕੇ ਲਾਰੀਆਂ ਵਿੱਚ ਹੀ ਲਹਿਰੇ ਲੈਂਦੇ ਹੋਏ ਹਜ਼ਾਰੀ ਬਾਗ ਰੋਡ ਰੇਲਵੇ ਸਟੇਸ਼ਨ ਤੇ ਨੇੜੇ ਜਾ ਪੁੱਜੇ ਰਸਤੇ ਵਿੱਚ ਵੀਰ ਸੂਨ ਸਿੰਘ ਜੀ ਨੇ ਪਾਰਸਨਤ ਪਹਾੜ ਦੇ ਰਮਣੀਕ ਦਰਸ਼ਨ ਦੂਰੋਂ ਹੀ ਕਰਾਏ ਤੇ ਉਸ ਸੰਬੰਧੀ ਸੰਖੇਪ ਸਮਾਚਾਰ ਵੀ ਦੱਸੇ ਪੀਰ ਸੂਨ ਸਿੰਘ ਜੀ ਨੇ ਬੜੀ ਤੀਬਰ ਇੱਛਾ ਪ੍ਰਗਟ ਕੀਤੀ ਕਿ ਜਦੋਂ ਗੁਰੂ ਨੇਤ ਅਨਸਾਰ ਬੰਦ ਖਲਾਸੀਆਂ ਪ੍ਰਾਪਤ ਹੋ ਜਾਣ ਤਾਂ ਕੀਰਤਨੀ ਜਥਾ ਲੈ ਕੇ ਇਧਰ ਆਵੋ ਇਧਰ ਪਿੰਡਾਂ ਦੇ ਪਿੰਡ ਗੁਰਮਤ ਗ੍ਰਹਿਣ ਕਰਨ ਨੂੰ ਤਿਆਰ ਹਨ ਖਾਸ ਕਰ ਪਾਰਸਨਾਥ ਪਹਾੜ ਉੱਤੇ ਤਾਂ ਬੜੀ ਸੁਖੈਨ ਸਹਿਜਤਾ ਸੇਤੀ ਗੁਰੂ ਨਾਨਕ ਸਾਹਿਬ ਦੇ ਨਿਰਮਲ ਖਾਲਸਾ ਪੰਥ ਦਾ ਸਿੱਕਾ ਜੰਮ ਸਕਦਾ ਹੈ ਉੱਥੇ ਦੇ ਵਸਨੀਕ ਜੈਨੀ ਹਨ ਪਰ ਗੁਰੂ ਨਾਨਕ ਸਾਹਿਬ ਜੀ ਉੱਪਰ ਬੜੀ ಅಪਾਰ ਸ਼ਰਧਾ ਰੱਖਦੇ ਹਨ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਭਾਵਸ਼ਾਲੀ ਮਹਿਮਾ ਕੀਰਤੀ ਦੇ ਸ਼ਬਦ ਸੁਣਦੇ ਸੁਣਦੇ ਤੁਰ ਸਟੇਸ਼ਨ ਤੇ ਜਾ ਪਹੁੰਚੇ ਅੱਗੇ ਜਾਂਦਿਆਂ ਨੂੰ ਢੱਕੋ ਢੱਕੀ ਸਾਰੇ ਸਟੇਸ਼ਨ ਦੇ ਉਦਾਲੇ ਮਿਲਟਰੀ ਪੁਲਿਸ ਦੀਆਂ ਗਾਰਦਾਂ ਫਲਨ ਹੋਈਆਂ ਖਲੁੱਤੀਆਂ ਸਨ ਜਦੋਂ ਪੁਲਿਸ ਸੁਪਰਡੰਟ ਸਾਹਮਣੇ ਆਇਆ ਤਾਂ ਵੀਰ ਜਿੰਦਰ ਸਿੰਘ ਜੀ ਗੱਜ ਕੇ ਉਸ ਨੂੰ ਬੋਲੇ ਸਲਾਮੀ ਲਓ ਉਹ ਸਮਝਦਾ ਕੁਛ ਨਾ ਪਰ ਸਾਡੇ ਮੂਹਰੇ ਤੁਰ ਪਿਆ ਅਸੀਂ ਪਲੇਟਫਾਰਮ ਤੇ ਜਾਣ ਲਈ ਲਾਈਨ ਕਰਾਸੀ ਪੁਲ ਤੋਂ ਦੀ ਚੜ ਰਹੇ ਸੀ ਨਾਲੇ ਸ਼ਬਦ ਪੜ੍ਹਦੇ ਜਾਂਦੇ ਸੀ ਪੁਲ ਚੜਦੋਂ ਸਮੇਂ ਸੁਪਰਡੰਟ ਬੋਲਿਆ ਜੋੜੀ ਜੋੜੀ ਦੀ ਫਾਰਮ ਬਣਾਓ ਭਲਾ ਖਾਲਸਾ ਕੀਰਤਨ ਕਰਦਾ ਹੋਇਆ ਇਹਨਾਂ ਫੜੀਆਂ ਫਾਰਮਾਂ ਵੱਲ ਕਰ ਕੇ ਧਿਆਨ ਦਿੰਦਾ ਸੀ ਆਪਣੀਆਂ ਸ਼ਬਦ ਦੀਆਂ ਮੋਜਾਂ ਵਿੱਚ ਮਹਿਲ ਦਾ ਮਸਤ ਮੈਗਲ ਹਾਥੀ ਦੀ ਨਿਆਈ ਬੇਪਰਵਾਹ ਚੱਲਿਆ ਜਾ ਰਿਹਾ ਸੀ ਕਿਸੇ ਨੇ ਗੁਮੇਈ ਨਾ ਕੀਤੀ ਕਿ ਕੌਣ ਕੀ ਆਖਦਾ ਹੈ ਉਸ ਨੇ ਇਸ ਗੱਲੇ ਆਪਣੀ ਬੜੀ ਹੀਣਤ ਮੰਨੀ ਤੇ ਸਭ ਤੋਂ ਮੂਰੇ ਜਾ ਰਿਹਾ ਇੱਕ ਸਾਥੀ ਨੂੰ ਮੋਢੋਂ ਫੜ ਕੇ ਢਕਾਉਣ ਲੱਗਾ ਕਿ ਸਾਡੇ ਸਾਰੇ ਸਾਥੀ ਕੜ ਕਿਵੇਂ ਆਵਾਜ਼ ਨਾਲ ਗੱਜ ਪਏ ਕਿ ਖਬਰਦਾਰ ਜੇ ਹੱਥ ਲਾਇਆ ਹੈ ਤੇ ਵੀਰਕਰਤਾਰ ਸਿੰਘ ਜੀ ਨੇ ਉਸ ਨੂੰ ਚੰਗੀ ਤਰ੍ਹਾਂ ਤਾੜ ਕੇ ਸਮਝਾਇਆ ਜਦੋਂ ਗੱਲ ਵਿਗੜੀ ਦੇਖੀ ਤਾਂ ਮੈਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਕਿਵੇਂ ਸ਼ਾਂਤ ਕਰੋ ਮੈਂ ਉਸ ਨੂੰ ਆਖਿਆ ਜ਼ੁਬਾਨੀ ਜੋ ਕੁਝ ਕਹਿਣਾ ਹੈ ਸੋ ਆਖੋ ਵੇਖੋ ਫਤੋਬਾਈ ਨਾ ਕਰੋ ਤੁਸੀਂ ਤਾਂ ਮੁਹਾਜਰ ਕੌਮ ਵਿੱਚ ਹੋਣ ਦਾ ਦਾਵਾ ਕਰਦੇ ਹੋ ਕਿ ਆਹੇ ਤੁਹਾਡੀ ਤਹਿਜ਼ੀਬ ਹੈ ਖੈਰ ਇਸ ਪ੍ਰਕਾਰ ਉਸ ਨੂੰ ਸਮਝਾ ਕੇ ਫਿਰ ਆਪਣੇ ਵੀਰਾਂ ਨੂੰ ਠੰਡੇ ਕੀਤਾ ਉਹ ਮੇਰਾ ਬੜਾ ਸ਼ੁਕਰਗੁਜ਼ਾਰ ਹੋਇਆ ਪਰ ਹੁਣ ਇੱਕ ਹੋਰ ਪਵਾੜਾ ਪੈ ਗਿਆ ਜਿਹੜਾ ਡੱਬਾ ਸਾਡੇ ਲਈ ਉਹਨਾਂ ਰਿਜ਼ਰਵ ਕਰ ਰੱਖਿਆ ਸੀ ਉਸ ਵਿੱਚ ਸਿੱਖਾਂ ਅਦਕ ਲਾਉਣ ਦੀ ਤਕੜਾਈ ਤਾਂ ਚੰਗੀ ਕੀਤੀ ਹੋਈ ਸੀ ਪਰ ਉਸ ਵਿੱਚ ਟੱਟੀ ਪਿਸ਼ਾਬ ਜਾਣ ਲਈ ਕੋਈ ਜਗ੍ਹਾ ਨਹੀਂ ਰੱਖੀ ਹੋਈ ਸੀ ਅਸੀਂ ਉੱਥੇ ਹੀ ਡੱਟ ਗਏ ਤੇ ਚੱਲਣ ਨੂੰ ਖੜ ਗਏ ਕਿ ਜਦ ਤੱਕ ਇਹ ਗੱਡੀ ਨਹੀਂ ਬਦਲੇਗੀ ਜਾਂ ਟੱਟੀ ਪਿਸ਼ਾਬ ਜਾਣ ਦਾ ਕੋਈ ਬੰਦੋਬਸਤ ਨਹੀਂ ਬਣੇਗਾ ਅਸੀਂ ਇਸ ਗੱਡੀ ਵਿੱਚ ਪੈਰ ਨਹੀਂ ਪਾਉਣਾ ਚਾਹੇ ਲੱਖ ਯਤਨ ਕਰ ਲਵੋ ਸਾਨੂੰ ਲੋਹੇ ਲੱਖੇ ਹੋਏ ਖੜਿਆਂ ਨੂੰ ਦੇਖ ਕੇ ਸਭ ਠੰਬਰ ਗਏ ਕਿਸੇ ਨੂੰ ਕੁਝ ਕਹਿਣ ਦਾ ਹੌਸਲਾ ਨਹੀਂ ਪੈ ਸਕਿਆ ਫਿਰ ਤਾਂ ਸਾਡੀ ਚੜਮੱਚੀ ਅਸੀਂ ਸੁਪਰਡੰਟ ਨੂੰ ਖੂਬ ਧਰ ਕੇ ਦਬਲਿਆ ਕਿ ਇਹੋ ਤੁਹਾਡਾ ਇੰਤਜ਼ਾਮ ਹੈ ਇਸ ਵਾਸਤੇ ਇਤਨਾ ਤੰਗੜਦੇ ਸੀ ਉਹ ਬੜਾ ਹੀ ਸ਼ਰਮਿੰਦਾ ਹੋਇਆ ਤੇ ਸ਼ਰਮ ਕੁ ਸ਼ਰਮੀ ਹੋਰ ਤਾਂ ਉਸ ਨੂੰ ਕੁਝ ਨਾ ਓੜਿਆ ਜੇਲ੍ਹ ਵਾਲਿਆਂ ਉੱਤੇ ਹੀ ਕਸੂਰ ਥੱਪਿਆ ਕਿ ਸਭ ਕਸੂਰ ਜੇਲ੍ਹ ਵਾਲਿਆਂ ਦਾ ਹੈ ਉਹਨਾਂ ਨੇ ਇੰਤਜ਼ਾਮ ਕਰਨਾ ਸੀ ਅਸੀਂ ਆਖਿਆ ਚਲੋ ਸਾਨੂੰ ਵਾਪਸ ਲੈ ਚਲੋ ਅਸੀਂ ਆਪ ਹੀ ਜੇਲ੍ਹ ਵਾਲਿਆਂ ਨਾਲ ਸਮਝਾਂਗੇ ਸੁਪਰਡੈਂਟ ਮੈਨੂੰ ਵਾਪਸ ਲੈ ਜਾਣ ਦਾ ਹੁਕਮ ਨਹੀਂ ਰੇਲ ਚਾੜਨ ਦਾ ਹੀ ਹੈ ਅਸੀਂ ਪਰ ਅਸੀਂ ਚੜੀਏ ਕਿੱਥੇ ਸਾਨੂੰ ਕਿਸੇ ਹੋਰ ਡੱਬੇ ਵਿੱਚ ਚੜਾ ਦਿਵੋ ਸੁਪਰਡੈਂਟ ਹੋਰ ਕਿਸੇ ਡੱਬੇ ਵਿੱਚ ਕਿਵੇਂ ਚੜਾ ਦੇਵਾਂ ਉੱਥੇ ਸਿੱਖਾਂ ਨਹੀਂ ਲੱਗੀਆਂ ਹੋਈਆਂ ਨਾਲੇ ਇਹੋ ਡੱਬਾ ਤੁਹਾਡੇ ਹੀ ਨਿਮਿਤ ਰਜ਼ਰਵ ਹੈ ਹੁਣ ਹੋਰ ਖਾਲੀ ਕਰਉਣਾ ਵੀ ਔਖਾ ਹੈ ਅਸੀਂ ਫਿਰ ਇਸ ਵਿੱਚ ਹੀ ਟੱਟੀ ਪਿਸ਼ਾਬ ਦਾ ਇੰਤਜ਼ਾਮ ਕਰਵਾ ਦੋ ਸੁਪਰਡੈਂਟ ਐਪੀ ਹੁਣ ਹੁਣ ਬਹੁਤ ਔਖਾ ਹੈ ਅਸੀਂ ਸੁਪਰਡੈਂਟ ਬਣਨਾ ਹੀ ਸੌਖਾ ਹੈ ਸਾਡੀ ਔਖ ਵੱਲ ਵੀ ਖਿਆਲ ਕਰੋ ਕਿ ਕਿੰਨਾ ਲੰਬਾ ਸਫ਼ਰ ਹੈ ਕਿੰਨੇ ਦਿਨ ਸਾਨੂੰ ਇਸ ਡੱਬੇ ਵਿੱਚ ਟੜੇ ਰਹਿਣਾ ਪੈਣਾ ਹੈ ਟੱਟੀ ਪਿਸ਼ਾਬ ਕੀਤੇ ਬਿਨਾਂ ਸਾਡਾ ਕਿਵੇਂ guzara ਹੋਵੇਗਾ ਇੱਕ ਦੇਸੀ ਇਨਸਪੈਕਟਰ ਜੋ ਸਾਡੇ ਨਾਲ ਹੀ ਜਾਣ ਵਾਲਾ ਸੀ ਬੋਲਿਆ ਕਿ ਪਿਸ਼ਾਬ ਤਾਂ ਸਿੱਖਾਂ ਥਾਣੀ ਖੜ੍ਹੋ ਕੇ ਵੀ ਕੀਤਾ ਜਾ ਸਕਦਾ ਅਸੀਂ ਕਹੀ ਜਣ ਇੱਕੋ ਕੜਕਮੀ ਆਵਾਜ਼ ਨਾਲ ਬੋਲੇ ਅਸੀਂ ਬੇਸ਼ਰਮ ਜਿਹਾ ਪਸ਼ੂ ਨਹੀਂ ਕਿ ਇੱਕ ਦੂਜੇ ਸਾਹਮਣੇ ਨੰਗੇ ਹੋ ਕੇ ਪਿਸ਼ਾਬ ਕਰ ਸਕਦੇ ਹਾਂ ਭਲਾ ਪਿਸ਼ਾਬ ਤਾਂ ਕਰ ਹੀ ਲਈਏ ਟੱਟੀ ਕਿੱਥੇ ਤੇ ਕਿਵੇਂ ਕਰਾਂਗੇ ਤੁਹਾਨੂੰ ਇਹ ਉਲਟੀ ਗੱਲ ਕਿਉਂ ਸੁੱਝੀ ਅਸੀਂ ਤਾਂ ਤੁਹਾਡੇ ਸੁਪਰਡੈਂਟ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹ ਇਸ ਤਕਲੀਫ ਨੂੰ ਪ੍ਰਤੀਤ ਕਰ ਚੁੱਕਾ ਹੈ ਪਰ ਉਸ ਨੂੰ ਇਸ ਵੇਲੇ ਇਸ ਦਾ ਚੰਗਾ ਹੱਲ ਨਹੀਂ ਸੁੱਝਦਾ ਕਿਉਂਕਿ ਆਮ ਰੇਲ ਡੱਬਿਆਂ ਵਿੱਚ ਸੀਖਾਂ ਨਹੀਂ ਲੱਗੀਆਂ ਹੁੰਦੀਆਂ ਅਤੇ ਇਸ ਸਟੇਸ਼ਨ ਉੱਤੇ ਸੀਖਾਂ ਵਾਲਾ ਇਸ ਵਕਤ ਹੋਰ ਡੱਬਾ ਨਹੀਂ ਲੱਗ ਸਕਦਾ ਤੁਹਾਡੇ ਦਿਮਾਗ ਵਿੱਚੋਂ ਇਸ ਦਾ ਚੰਗਾ ਹੱਲ ਨਿਕਲ ਸਕਦਾ ਹੈ ਤਾਂ ਆਪਣੇ ਸੁਪਰਡੈਂਟ ਨੂੰ ਕੱਢ ਕੇ ਦੱਸੋ ਤਾਂ ਕਿ ਤੁਹਾਡੀ ਸਿਫਾਰਿਸ਼ ਕਰ ਦੇਵੇ ਅਤੇ ਤੁਹਾਡੀ ਤਰੱਕੀ ਹੋ ਜਾਵੇ ਐਵੇਂ ਵੱਧ ਫਜ਼ੂਲ ਗੱਲਾਂ ਵਿੱਚ ਕੀ ਫਾਇਦਾ ਇੱਥੇ ਗੱਲ ਬਹੁਤ ਵਿਗੜ ਚੱਲੀ ਸੀ ਕਿ ਉਹ ਸ਼ਰੀਫ ਮਿਸ਼ਨਰੀ ਗੋਰਾ ਇਨਸਪੈਕਟਰ ਜਿਸ ਨੇ ਸਾਡੇ ਨਾਲ ਜਾਣਾ ਸੀ ਜਿਸ ਦਾ ਚਾਰਜ ਸੀ ਵਿੱਚ ਪੈ ਗਿਆ ਉਹ ਨਰਮੀ ਤੇ ਪਲਮਨਸਾਊ ਨਾਲ ਬੋਲਿਆ ਕਿ ਇਸ ਵਿੱਚ ਪੰਜਾਬੀ ਸਿੱਖ ਪਾਈ ਹੱਕ ਬਜ਼ਾਨਬ ਹਨ ਬਾਕੀ ਇਹ ਸਾਡਾ ਕਸੂਰ ਹੈ ਭਾਵੇਂ ਰੇਲਵੇ ਵਾਲਿਆਂ ਦਾ ਭਾਵੇਂ ਪੁਲਿਸ ਦਾ ਪਰ ਇਸ ਭੁੱਲ ਦਾ ਕੁਫਾਰਾ ਹੁਣ ਹੋਰ ਕਿਸੇ ਵੱਧ ਨਹੀਂ ਭਰਿਆ ਜਾ ਸਕਦਾ ਮੈਂ ਆਪਣੀ ਜ਼ਿੰਮੇਵਾਰੀ ਉੱਤੇ ਤਾਂ ਨੂੰ ਐਵੇਂ ਜਿਵੇਂ ਇਸੇ ਡੱਬੇ ਵਿੱਚ ਲੈ ਜਾਣਾ ਹੈ ਤੇ ਤੁਹਾਨੂੰ ਕੋਈ ਤਕਲੀਫ ਵੀ ਨਹੀਂ ਹੋਣ ਦੇਣੀ ਤੁਸੀਂ ਸਤਨਾਮ ਆ ਕੇ ਇਸ ਡੱਬੇ ਵਿੱਚ ਬੈਠ ਜਾਓ ਮੈਂ ਵੀ ਇਸੇ ਡੱਬੇ ਵਿੱਚ ਬੈਠਾਂਗਾ ਮੈਂ ਤੁਹਾਨੂੰ ਅਣਖੀ ਵਚਨ ਦਿੰਦਾ ਹਾਂ ਕਿ ਜਿੱਥੇ ਵੀ ਜਦੋਂ ਵੀ ਜਸਟੇਸ਼ਨ ਉੱਤੇ ਤੁਸੀਂ ਮੈਨੂੰ ਕਹੋਗੇ ਮੈਂ ਉੱਥੇ ਹੀ ਤੁਹਾਨੂੰ ਗੱਡੀ ਖੋਲ ਕੇ ਤੇ ਪਲੇਟਫਾਰਮ ਉੱਤੇ ਉਤਾਰ ਕੇ ਜਾਂ ਦੂਜੀ ਗੱਡੀ ਵਿੱਚ ਲਿਜਾ ਕੇ ਟੱਟੀ ਪਿਸ਼ਾਬ ਕਰਾ ਦਿਆ ਕਰਾਂਗਾ ਟੱਟੀ ਪਿਸ਼ਾਬ ਸੰਬੰਧੀ ਰੰਚਕ ਵੀ ਤਕਲੀਫ ਕਿਸੇ ਨੂੰ ਨਹੀਂ ਹੋਣ ਦਵਾਂਗਾ ਮੈਂ ਜਾਣਦਾ ਹਾਂ ਕਿ ਤੁਸੀਂ ਗੁਰੂ ਕੇ ਸਿੱਖ ਬੜੇ ਧਰਮੀ ਬੰਦੇ ਹੋ ਤੁਸੀਂ ਹਰ ਪ੍ਰਕਾਰ ਮੇਰੀ ਇੱਜ਼ਤ ਰੱਖੋਗੇ ਜਦੋਂ ਮੈਂ ਤੁਹਾਡੇ ਨਾਲ ਅੱਛਾ ਸਲੂਕ ਕਰਾਂਗਾ ਤਾਂ ਤੁਸੀਂ ਵੀ ਮੇਰੀ ਪੈਜ ਰੱਖੋਗੇ ਐਸ ਸ਼ਰੀਫ ਮਿਸ਼ਨਰੀ ਗੋਰੇ ਇਨਸਪੈਕਟਰ ਦੀ ਗੱਲ ਉੱਤੇ ਸਾਨੂੰ ਯਕੀਨ ਆ ਗਿਆ ਕਿ ਇਹ ਜ਼ਰੂਰ ਆਪਣੇ ਬਚਨਾਂ ਨੂੰ ਪਾੜੇਗਾ ਕਿਉਂਕਿ ਅੱਗੇ ਵੀ ਇਸ ਨੇ ਆਪਣੀ ਜ਼ਿੰਮੇਵਾਰੀ ਉੱਤੇ ਸਾਡੇ ਨਤਦਨ ਦੇ ਗੁੱਟ ਕੇ ਦਵਾ ਕੇ ਆਪਣੀ ਨੇਕ ਨਿਹਾ ਦੀ ਦਾ ਸਬੂਤ ਦਿੱਤਾ ਸੀ ਐਸ ਦੀ ਨੇਕ ਨੀਤੀ ਐਸ ਦੇ ਚਿਹਰੇ ਤੋਂ ਹੀ ਟਪਕਦੀ ਸੀ ਪੁਲਿਸ ਸਟੂਪਡੈਂਟ ਵੀ ਹੱਲ ਲੱਭਾ ਸਮਝ ਕੇ ਖੁਸ਼ ਹੋਇਆ ਤੇ ਕਹਿਣ ਲੱਗਾ ਅਬ ਬਹੁਤ ਅੱਛਾ ਹੋ ਜਾਏਗਾ ਗਾੜੀ ਮੇਂ ਬੈਠ ਜਾਓ ਹਮਕੋ ਬੁਰਾ ਅਫਸੋਸ ਹੈ ਕਿ ਰੇਲਵੇ ਬਲੌਨ ਨੇ ਇਸ ਬਾਟਕਾ ਖਿਆਲ ਨਹੀਂ ਕੀਤਾ ਖੈਰ ਪਡਰੀ ਸਾਹਿਬ ਤੁਹਾਮਾਰੇ ਸਾਥ ਅੱਛਾ ਸਲੂਕ ਕਰੇਗਾ ਅਸੀਂ ਮਿਸ਼ਨਰੀ ਇਨਸਪੈਕਟਰ ਦੇ ਹੀ ਦਿੱਤੇ ਕਾਲ ਨੂੰ ਮੁੱਖ ਰੱਖ ਕੇ ਗੱਡੀ ਵਿੱਚ ਬੈਠ ਗਏ ਤਾਂ ਸਭ ਨੇ ਸ਼ੁਕਰ ਮਨਾਇਆ ਕਿ ਸੋਣਾ ਤਸੱਲੀ ਵਾਲਾ ਸਮਝੌਤਾ ਹੋ ਗਿਆ ਸਾਡੇ ਭੂਤਨੀ ਤੇ ਸਵਾਰ ਹੋਣ ਦੀ ਦੇਰ ਸੀ ਕਿ ਭੂਤਨੀ ਪੱਕ ਪੱਕ ਕਰਦੀ ਚੱਲ ਪਈ ਅਗਲੇ ਸਟੇਸ਼ਨ ਤੇ ਹੀ ਅਸਲ ਸ਼ਬਨਿਤ ਵਾਲੇ ਬਚਨਪਾਲ ਗੋਰੇ ਇਨਸਪੈਕਟਰ ਨੇ ਸਾਡੇ ਡੱਬੇ ਦੇ ਬੂਹੇ ਖੋਲ ਦਿੱਤੇ ਤੇ ਹਾਸ ਤਰਫਾਈ ਕਰਨ ਲਈ ਖੁੱਲ ਦੇ ਦਿੱਤੀ ਪਰ ਅਜੇ ਸਾਡੇ ਵਿੱਚ ਕਿਸੇ ਨੂੰ ਵੀ ਲੋਡ ਨਹੀਂ ਸੀ ਇਸ ਵਾਸਤੇ ਕੋਈ ਵੀ ਨਾ ਉਤਰਿਆ ਪਰ ਉਹ ਵਿਚਾਰਾ ਬਚਨਾਂ ਦਾ ਪੂਰਾ ਹਰੇਕ ਸਟੇਸ਼ਨ ਉੱਤੇ ਸਾਨੂੰ ਪੁੱਛ ਲਵੇ ਗੱਲ ਕੀ ਜਸ ਸਟੇਸ਼ਨ ਤੇ ਜਸ ਕਿਸੇ ਨੂੰ ਕਿਸੇ ਪ੍ਰਕਾਰ ਦੀ ਹਾਜਤ ਹੋਵੇ ਸੋ ਉਤਰ ਕੇ ਰਫਾ ਕਰਾਵੇ ਉਹ ਵਿਚਾਰਾ ਬਿਲਕੁਲ ਹੱਤ ਨਾ ਕਰੇ ਹਾਲਾਂਕਿ ਹਰੇਕ ਸਟੇਸ਼ਨ ਉੱਤੇ ਜਦ ਗੱਡੀ ਖੜੀ ਹੈ ਤਾਂ ਸੈਕੜੇ ਹੀ ਆਦਮੀਆਂ ਦੇ ਝੁੰਡਾਂ ਦੇ ਝੁੰਡ ਸਾਡੀ ਗੱਡੀ ਨੂੰ ਆ ਕੇ ਘੇਰ ਲੈਣ ਤੇ ਸਾਡੇ ਵਿੱਚ ਆ ਕੇ ਖਲਤਮਲਤ ਹੋ ਜਾਣ ਪਰ ਉਹ ਕਿਸੇ ਨੂੰ ਨਾ ਹੋੜੇ ਫਲਾ ਮੇਵਿਆਂ ਮਠਿਆਈਆਂ ਦੇ ਅੰਬਾਰ ਲੱਗ ਜਾਵਣ ਤੇ ਲੋਕੀ ਮਾਇਆ ਦੀਆਂ ਥੈਲੀਆਂ ਨਸ਼ਾਵਰ ਕਰਨ ਲਈ ਸਾਡੇ ਉਦਾਲੇ ਚੁੱਕੀ ਫਿਰਨ ਅਸੀਂ ਅੰਗਕਾਰਤਾ ਦੇ ਥਾ ਧੰਨਵਾਦੀ ਅਸੀਸ ਲੋਰੀ ਦੇ ਛੱਡੀਏ ਖੂਬ ਮੁਲਕ ਦੀਆਂ ਖੁੱਲੀਆਂ ਖਬਰਾਂ ਅਖਬਾਰ ਸਾਨੂੰ ਦੇਦੇ ਜਾਣ ਉਹ ਕਿਸੇ ਨੂੰ ਨਾ ਵਰਜੇ ਅਸੀਂ ਦੇਸ਼ ਦੀ ਦਸ਼ਾ ਪਲਟੀ ਦੇਖ ਦੇਖ दंग ਹੋ ਜਾਈਏ ਕਿੱਥੇ ਉਹ ਦਿਨ ਜਦ ਅਸੀਂ 1917 ਵਿੱਚ ਮਲਤਾਨੋ ਹਜ਼ਾਰੀ ਬਾਗ ਚਲਾਣ ਕੀਤੇ ਜਾ ਰਹੇ ਸਾਂ ਉਦੋਂ ਕੋਈ ਸਿੱਖ ਵੀ ਸਾਡੀ ਗੱਡੀ ਦੇ ਨੇੜੇ ਨਾ ਟੁੱਕੇ ਸਗੋਂ ਸਾਡੀ ਸ਼ਕਲ ਦੇਖ ਕੇ ਦੂਰੋਂ ਭੱਜ ਜਾਣ ਤੇ ਕਿੱਥੇ ਅੱਜ 1921 ਸਾਲ ਦੀਆਂ ਦੇਸ਼ ਲਹਿਰਾਂ ਬੱਚੇ-ਬੱਚੇ ਵਿੱਚ ਅਕਾਹ ਜੋਸ਼ ਦੇਸ਼ ਭਗਤੀ ਦਾ ਫਟਫਟ ਪਵੇ ਬੜਾ ਚਤ ਪ੍ਰਸੰਨ ਹੋਇਆ ਸਾਰੀਆਂ ਕਦਰੂਤਾਂ ਦੂਰ ਹੋ ਗਈਆਂ ਬਾਹਰੋਂ ਸਾਰੇ ਦੇਸ਼ ਭਗਤ ਇਹ ਵਧਾਈਆਂ ਦੇਣ ਕਿ ਇਹ ਸਭ ਤੁਹਾਡੀਆਂ 1914-15 ਵਾਲੇ ਦੇਸ਼ ਭਗਤਾਂ ਦੀਆਂ ਕਮਾਈਆਂ ਨੂੰ ਹੀ ਫਲ ਲੱਗ ਰਹੇ ਹਨ ਕਿ ਮੁਲਕ ਦੀ ਅੱਜ ਇਹ ਖੁੱਲ ਡੁਲਮੀ ਚੜ੍ਹਦੀ ਕਲਾ ਹੈ ਹਰ ਨਵੇਂ ਸਟੇਸ਼ਨ ਤੇ ਨਵੇਂ ਜੋਸ਼ ਨਵੇਂ ਰੰਗ ਤੇ ਵੱਧ ਤੋਂ ਵੱਧ ਦੇਸ਼ ਭਗਤੀ ਦੀਆਂ ਦਰਦ ਭਰੀਆਂ ਹਮਦਰਦੀਆਂ ਬੜੇ ਖੁੱਲੇ ਡੁੱਲੇ ਆਨੰਦ ਮੇਲੇ ਹੋਏ ਅਸੀਂ ਉਸ ਆਪਣੇ ਇਨਚਾਰਜ ਗੋਰੇ ਇੰਸਪੈਕਟਰ ਦੀ ਖੁਸ਼ ਹੁਲਕੀ ਉੱਪਰ ਬੜੇ ਹੀ ਪ੍ਰਸੰਨ ਹੋਏ ਫਿਰ ਇੱਕ ਜੰਕਸ਼ਨੀ ਸਟੇਸ਼ਨ ਉੱਤੇ ਗੱਡੀ ਨੇ ਕਈ ਘੰਟੇ ਠਹਿਰਨਾ ਸੀ ਉੱਥੇ ਉਹਨਾਂ ਸਟੇਸ਼ਨ ਤੋਂ ਕੁਝ ਦੂਰ ਦੇ ਫਾਸਲੇ ਤੇ ਖੁੱਲੇ ਖੇਤਾਂ ਵਿੱਚ ਸਾਡੀ ਗੱਡੀ ਤੜਵਾ ਕੇ ਖੜੀ ਕਰ ਦਿੱਤੀ ਤੇ ਸਾਨੂੰ ਖੋਲ ਦੇ ਦਿੱਤੀ ਕਿ ਉਤਰ ਕੇ ਆਪਣੇ ਪ੍ਰਸ਼ਾਦੇ ਆਪਣੇ ਹੱਥੀਂ ਸਜਾਓ ਸਾਡੇ ਵਿੱਚੋਂ ਦੋ ਤਿੰਨ ਸੱਜਣ ਦੋ ਸਪਾਹੀਆਂ ਨੂੰ ਨਾਲ ਲੈ ਕੇ ਬਾਜ਼ਾਰੋਂ ਰਸਦ ਲੈ ਆਈ। ਉਹਨਾਂ ਦੇ ਆਉਂਦਿਆਂ ਨੂੰ ਚੁੱਲ੍ਹੇ ਪੁੱਟ ਕੇ ਤਿਆਰੀਆਂ ਕੀਤੀ ਗਈਆਂ ਤੇ ਲਾਂਗਰੀ ਸੱਜਣ ਲੰਗਰ ਸਜਾਉਣ ਨੂੰ ਤਤ ਪਰ ਹੋ ਗਏ। ਕੋਈ ਜਲ ਲਿਆਵੇ, ਕੋਈ ਲੱਕੜਾਂ ਢੋਵੇ, ਮਿੰਟਾਂ ਵਿੱਚ ਲੰਗਰ ਸਜਣ ਦੇ ਸਮਾਨ ਇਕੱਤਰ ਹੋ ਗਏ। ਇਤਨੇ ਨੂੰ ਹੀ ਇੱਕ ਬਿਰਦ ਸਿੰਘ ਸੱਜਣ ਗੁਰਮੁਖ ਸਫੈਦ ਤੇ ਪਾਰੇ ਦਾੜੇ ਵਾਲਾ ਜੋ ਰੇਲਵੇ ਡਿਪਾਰਟਮੈਂਟ ਦਾ ਇੱਕ ਠੇਕੇਦਾਰ ਸੀ, ਉਹ ਸਾਨੂੰ ਦੇਖ ਕੇ ਉੱਥੇ ਆਇਆ ਅਤੇ ਗੱਜ ਕੇ ਫਤਿਹ ਅੱਗ ਜਾਈ। ਸਾਨੂੰ ਦੇਖ ਕੇ ਖੜ ਗਿਆ ਅਤੇ অতি ਉਤਸ਼ਾਹ ਸਹਿਤ ਨਿਮਰਿਪੂਤ ਹੋ ਕੇ ਆਖਣ ਲੱਗਾ ਕੋਈ ਸੇਵਾ ਦੱਸੋ ਦੱਸ ਦੇ ਲਾਇਕ ਅਸੀਂ ਉਸ ਦਾ ਇਸ ਹਮਦਰਦੀ ਪ੍ਰਥਾਏ ਧੰਨਵਾਦ ਕੀਤਾ ਪਰੰਤੂ ਉਹ ਮੱਲੋਜ਼ਰੀ ਕੜਾ ਪ੍ਰਸ਼ਾਦ ਸਜਾਉਣ ਲਈ ਰਸਦਾਂ ਅਤੇ ਕੜਾਹੀ ਤਵਾ ਆਦ ਵਰਤਨ ਵੀ ਸ਼ਹਿਰੋਂ ਲੈ ਹੀ ਆਏ ਅਫਸੋਸ ਕਿ ਸਾਨੂੰ ਉਸ ਬਿਰਧ ਬਜ਼ੁਰਗ ਦਾ ਨਾਮ ਭੁੱਲ ਗਿਆ ਤੇ ਐਡਰੈਸ ਵੀ ਯਾਦ ਨਹੀਂ ਰੇਲਵੇ ਸਟੇਸ਼ਨ ਦਾ ਨਾਮ ਵੀ ਭੁੱਲ ਗਿਆ ਬਾਣੇ ਅੰਦਰ ਜਿੱਥੇ ਇਹ ਆਨੰਦ ਮੇਲਾ ਹੋਣਾ ਹੋਇਆ ਸੀ ਖੂਬ ਸੰਤੁਸ਼ਟ ਹੋ ਕੇ ਗੱਫੇ ਲੱਗੇ ਦੇਗਾ ਖੂਬ ਖੁੱਲੀਆਂ ਸਜੀਆਂ ਵਸੂਬਰ ਦਾ ਸਿੰਘ ਸੱਜਣ ਨੇ ਅਗਲੇਰੇ ਆਉਣ ਵਾਲੇ ਸਟੇਸ਼ਨ ਈ ਖੁਗਸ਼ਰਾਂ ਦੇ ਨਿਵਾਸੀ ਸਿੰਘਾਂ ਪ੍ਰਤੀ ਤਾਰਾਂ ਫੇਰ ਦਿੱਤੀਆਂ ਜਿਹੜੇ ਸਟੇਸ਼ਨ ਤੇ ਅਸੀਂ ਜਾਈਏ ਤਿੱਥੇ ਹੀ 2 4 10 ਸਿੰਘ ਸੁਆਗਤ ਨੂੰ ਮੌਜੂਦ ਅਤੇ ਹੋਰ ਮੱਤਾਂ ਦੇ ਦੇਸ਼ ਭਗਤ ਵੀ ਤਕੜੀ ਗਣਤੀ ਵਿੱਚ ਸਾਥ ਹੋਣ ਇੱਕ ਦੋ ਸਿੰਘ ਤਾਂ ਸਾਡੇ ਨਾਲ ਹੀ ਗੱਡੀ ਵਿੱਚ ਚੜ ਜਾਣ ਤੇ ਹਰ ਸਟੇਸ਼ਨ ਉੱਤੇ ਸਾਨੂੰ ਦੇਸ਼ ਭਗਤੀ ਦੇ ਸਮੁੰਦਰ ਦੀਆਂ ਲਹਿਰਾਂ ਦਾ ਠਾਠਾ ਮਾਰਦਾ ਨਜ਼ਾਰਾ ਹੀ ਦਿਸੇ ਖੜਗਪੁਰ ਸਟੇਸ਼ਨ ਤੇ ਸੰਗਤਾਂ ਦੇ ਮੇਲੇ ਤੇ ਆਨੰਦ ਕੁਲਾਹਲ ਇਤਨੇ ਨੂੰ ਖੜਗਪੁਰ ਸਟੇਸ਼ਨ ਆ ਗਿਆ ਇੱਥੇ ਆ ਕੇ ਤਾਂ ਅਕਾਲੀ ਸੰਗਤ ਦਾ ਸਮੁੰਦਰੀ ਸਟੇਸ਼ਨ ਤੇ ਆ ਕੇ ਠਾਠਾ ਮਾਰਨ ਲੱਗ ਪਿਆ ਇਸ ਸ਼ਹਿਰ ਖੜਗਪੁਰ ਵਿਖੇ ਰੇਲਵੇ ਦੀ ਬੜੀ ਭਾਰੀ ਵਰਕਸ਼ਾਪ ਹੈ 5-6000 ਕਿਰਤੀ ਸਿੱਖ ਇੱਥੇ ਕੰਮ ਕਰਦੇ ਸਨ ਸਾਰੇ ਦੇ ਸਾਰੇ ਹੀ ਸਨ ਟੱਬਰੇ ਉਲਟ ਕੇ ਆ ਪਈ ਸਵੱਬ ਨਾਲ ਉੱਥੇ ਇੱਕ ਤਕੜੀ ਪੋਲੀਟੀਕਲ ਮੀਟਿੰਗ ਵੀ ਹੈ ਸੀ ਸਿੰਘਾਂ ਮੀਟਿੰਗ ਵਿੱਚ ਸਾਡੇ ਆਉਣ ਦਾ ਜ਼ਿਕਰ ਕਰ ਦਿੱਤਾ ਫਿਰ ਕੀ ਸੀ 15-20000 ਦਾ ਇਕੱਠ ਹਿੰਦੂ ਮੁਸਲਮਾਨ ਅਤੇ ਸਿੰਘਾਂ ਦਾ ਹੋ ਗਿਆ ਉਹਨਾਂ ਦਿਨ ਹੀ ਇਤਫਾਕ ਦੀ ਬੜੀ ਲਹਿਰ ਵਹਿ ਰਹੀ ਸੀ ਮੀਟਿੰਗ ਬਰਖਾਸਤ ਕਰਕੇ ਸਾਰੇ ਇਕੱਠੇ ਹੋ ਕੇ ਸਟੇਸ਼ਨ ਪਲੇਟਫਾਰਮ ਤੇ ਪਹੁੰਚ ਗਏ ਪਲੇਟਫਾਰਮ ਉੱਤੇ ਥੱਲ ਸਿੱਟਣ ਨੂੰ ਥਾਂ ਨਾ ਮਿਲੇ ਸਿੰਘ ਸੰਗਤਾਂ ਦੇ ਉਤਸ਼ਾਹ ਮਾਹਰ ਤਾਂ ਅੰਤ ਹੀ ਕੋਈ ਨਾ ਰਿਹਾ ਅਸੀਂ ਸਾਰੇ ਗੱਡੀ ਤੇ ਉਤਰ ਕੇ ਉਸ ਠਾਠਾ ਮਾਰੇ ਸੰਗਤ ਸਰੂਗ ਵਿੱਚ ਰਲ ਕੇ ਕਿਉ ਖਿਚੜੀ ਹੋ ਗਏ ਮਿਸ਼ਨਰੀ ਇਨਸਪੈਕਟਰ ਨੇ ਮੇਰੇ ਪਾਸ ਆ ਕੇ ਕਿਹਾ ਆਪਨੇ ਮੇਰੀ ਪੈਜ ਰੱਖਣੀ ਹੈ ਮੈਨੂੰ ਕੁਝ ਪਛਾਣ ਨਹੀਂ ਕਿ ਤੁਹਾਡੇ ਆਦਮੀ ਕਿਹੜੇ ਕਿਹੜੇ ਤੇ ਕਿੱਥੇ ਕਿੱਥੇ ਹਨ ਤੁਹਾਡੇ ਹੱਥ ਮੇਰੀ ਪਤ ਹੈ ਮੇਰਾ ਇੰਤਜ਼ਾਮ ਇੱਥੇ ਕੁਝ ਨਹੀਂ ਚਾਹੇ ਸਾਰੇ ਹੀ ਗੁੰਮ ਹੋ ਜਾਣ ਚਾਹੇ ਭੱਜ ਜਾਣ ਰੱਬ ਆਸਰੇ ਡੋਰੀ ਹੈ ਦਾਸ ਨੇ ਉਸ ਨੂੰ ਨਿਸ਼ਚੈ ਦਵਾਇਆ ਕਿ ਦਿਲ ਟਿਕਾਣੇ ਰੱਖੋ ਤੁਹਾਡੀ ਸ਼ਰਾਫਤ ਨੂੰ ਸਭ شریف ਹੋ ਕੇ ਹੀ ਵਰਤਣਗੇ ਰਤਾ ਫਿਕਰ ਨਾ ਕਰੋ ਰੱਬ ਆਸਰੇ ਸ਼ੱਕ ਰਹੀ ਰਹੋ ਇੱਕ ਆਣ ਵਿੱਚ ਹੀ ਖੜਗਪੁਰੀ ਸਿੰਘਾਂ ਨੇ ਨਾਨਾ ਪ੍ਰਕਾਰੀ ਪੋਜਨ ਵਿੰਜਨ ਆਣ ਮੌਜੂਦ ਕੀਤੇ ਤੇ ਖਾਲਸੇ ਦੀਆਂ ਪੰਗਤਾਂ ਲੱਗ ਗਈਆਂ ਰਾਜ ਰਾਜੇ ਪੋਜਨ ਪੁੰਚੇ ਸਪਾਈਆਂ ਅਤੇ ਦੋਹਾਂ ਦੇਸੀ ਤੇ ਗੋਰੇ ਇਨਸਪੈਕਟਰਾਂ ਦੇ ਵੀ ਫਾਕੇ ਕੜਾ ਕੇ ਟੁੱਟੇ ਜਿਉਂ ਤੁਰ ਹਜ਼ਾਰੀ ਬਾਗੋਂ ਤੁਰੇ ਸਾਂ ਕਿਸੇ ਸਰਕਾਰੀ ਆਦਮੀ ਨੂੰ ਕਿਸੇ ਥਾਂ ਕੱਖ ਵੀ ਕਹਾਣ ਨੂੰ ਨਹੀਂ ਮਿਲਿਆ ਸੀ ਕੋਈ ਹਲਵਾਈ ਛਾਬੜੀ ਵਾਲਾ ਉਹਨਾਂ ਨੂੰ ਫਲ ਡਬਲ ਰੋਟੀ ਚਾਹ ਦੁੱਧ ਦੇਵੇ ਹੀ ਨਾ ਸਰਕਾਰੀ ਆਦਮੀਆਂ ਦੇ ਨੇੜੇ ਹੀ ਨਾ ਆਵਣ ਤੇ ਸਰਕਾਰੀ ਆਦਮੀ ਸਾਨੂੰ ਛੱਡ ਕੇ ਸੌਦਾ ਖਰੀਦਣ ਜਾਣ ਵੀ ਨਾ ਸਭ ਭੁਖਣ ਭਾਣੇ ਹੀ ਢੱਡ ਵਿੱਚ ਮੁਖੀਆਂ ਦਈ ਫਿਰਨ ਸਭ ਦੀਆਂ ਆਂਦਰਾ ਕੁੱਲ ਹੂ ਵਿਲਾ ਪੜਨ ਸਾਨੂੰ ਛੱਡ ਕੇ ਰੇਲਵੇ ਰੈਫਰੈਸ਼ਮੈਂਟ ਰੂਮ ਵਿੱਚ ਜਾ ਨਾ ਸਕਣ ਕਿਉਂਕਿ ਡਿਊਟੀ ਤੋਂ ਵੇਲ ਨਹੀਂ ਸੀ ਮੌਲਕ ਵਿੱਚ ਲਹਿਰ ਤੇ ਜੋਸ਼ ਦੇ ਕਾਰਨ ਛਾਬੜੀ ਵਾਲੇ ਉਹਨਾਂ ਨੂੰ ਸੌਦਾ ਨਾ ਦੇਣ ਲੰਗਰ ਵਰਤ ਦਾ ਵੇਖ ਕੇ ਗੋਰਾ ਇਨਸਪੈਕਟਰ ਮੇਰੇ ਪਾਸ ਕਾਲਜਾ ਥੰਮੀ ਭੱਜ ਆਇਆ ਆਪਣੀ ਤਾਂ ਆਪਣੇ ਅਮਲੇ ਦੀ ਭੁੱਖ ਦੁੱਖੀ ਵਾਲੀ ਸਭ ਵਿਥਿਆ ਸੁਣਾਈ ਤਾਂ ਅਸੀਂ ਉਹਨਾਂ ਦੀਆਂ ਪੰਕਤਾਂ ਵੀ ਲਵਾ ਦਿੱਤੀਆਂ ਗੋਰੇ ਸਾਹਿਬ ਨੂੰ ਡਬਲ ਰੋਟੀ ਫਲ ਚਾਹ ਦਵਾ ਦਿੱਤੀ ਫਿਰ ਤਾਂ ਸਾਨੂੰ ਬੜੀਆਂ ਹੀ ਹਿਸੀਸਾਂ ਦੇਣ ਇੱਥੇ ਕਈ ਘੰਟੇ ਗੱਡੀ ਖੜਨੀ ਸੀ ਸੂਰਜ ਦੇ ਦਰਸ਼ਨ ਹੋਏ ਕਾਂਗਰਸੀਆਂ ਦੇ ਰੇਲਵੇ ਪਲੇਟਫਾਰਮ ਪਰ ਹੀ ਲੈਕਚਰ ਹੋਣੇ ਆਰੰਭ ਹੋਏ بڑے بڑے ਉੱਗੇ ਹਿੰਦੁਸਤਾਨੀ ਲੀਡਰ ਲੈਕਚਰਰ ਆਏ ਹੋਏ ਸਨ ਸਾਰਾ ਸਟੇਸ਼ਨ ਹਜ਼ਾਰਾਂ ਹੀ ਲੋਕਾਂ ਨਾਲ ਘਿਰਿਆ ਪਿਆ ਸੀ ਤੇ ਵਿਚਾਲੇ ਅਸੀਂ ਇੱਕ ਮੱਕ ਹੋਏ ਵੇ ਸੀ ਸਾਡਾ ਰਹਿ ਰਸ ਦਾ ਸਮਾਂ ਹੋ ਉਧਰ ਸ਼ਹਿਰ ਦੇ ਉੱਗੇ ਸਰਕਾਰੀ ਅਫਸਰਾਂ ਨੂੰ ਪਤੇ ਜਾ ਹੋਏ ਉਹਨਾਂ ਨੇ ਬੜਾ ਖਤਰਾ ਪ੍ਰਤੀਤ ਕੀਤਾ ਫੌਰਨ ਸਪੈਸ਼ਲ ਇੰਜਨ ਲਾ ਕੇ ਸਾਡੀ ਗੱਡੀ ਤੋੜ ਦਿੱਤੀ ਅਤੇ ਗਜਦਿਆਂ ਜਕਾਰਿਆਂ ਵਿੱਚ ਤਿਆਰੇ ਹੋ ਗਏ ਜਦ ਸਾਰੀਆਂ ਤੇਰੀਆਂ 23 ਲੱਖ ਫੌਜਾਂ ਡੱਬੇ ਵਿੱਚ ਆਣ ਜਮ੍ਹਾਂ ਹੋਈਆਂ ਤਾਂ ਗੁਰੇ ਇੰਸਪੈਕਟਰ ਸਭ ਨੂੰ ਮੈਂ ਬੁਲਾ ਕੇ ਆਖਿਆ ਕਿ ਲਓ ਆਪਣੀ ਗਿਣਤੀ ਪੂਰੀ ਕਰ ਲਵੋ ਤਾਂ ਤੋਰੇਪਰੇ ਹੋਇਆ ਫਿਰੇ ਐਸਾ ਘਰ ਆਇਆ ਕਿ ਉਸ ਵਸਲ ਗਿਣਤੀ ਪੂਰੀ ਨਾ ਹੋਵੇ ਕਦੇ 22 ਹੋ ਜਾਣ ਕਦੇ 24 ਕਦੇ 23 ਪੀ ਤਿੰਨ ਚਾਰ ਵਾਰ ਜਦ ਐਸਾ ਹੋਇਆ ਤਾਂ ਮੈਨੂੰ ਆਖਣ ਲੱਗਾ ਮੇਰੇ ਤੋਂ ਤੁਹਾਡੇ ਖਾਲਸੇ ਦੀ ਗਣਤੀ ਪੂਰੀ ਨਹੀਂ ਹੁੰਦੀ। ਮੈਂ ਆਖਿਆ ਖਾਲਸਾ ਗਣਤੀ ਮਿਲਤੀ ਵਿੱਚ ਨਹੀਂ ਆਉਂਦਾ। ਲੈ ਆਪਣੇ ਚਲਾਨ ਵਾਲੀ ਵਾਰੰਟ ਲਿਸਟ ਤੇ ਨਾਂ ਬੋਲੀ ਜਾ। ਅਸੀਂ ਇੱਕ ਇੱਕ ਕਰਕੇ ਬਾਹਰੋਂ ਅੰਦਰ ਡੱਬੇ ਵਿੱਚ ਹੋਈ ਜਾਂਦੇ ਹਾਂ। ਅਸੀਂ ਡੱਬਿਆਂ ਉੱਤਰ ਕੇ ਇਸ ਤਰ੍ਹਾਂ ਉਸ ਦਾ ਘਰ ਪੂਰਾ ਕੀਤਾ ਤਾਂ ਉਸ ਵਿਚਾਰੇ ਦੀ ਜਾਨ ਵਿੱਚ ਜਾਨ ਆਈ। ਗੱਜ ਦੇ ਜ਼ਿਕਾਰਿਆਂ ਵਿੱਚ ਪਿਆਨੇ ਹੋਏ ਗੱਡੀ ਵਿੱਚ ਬੈਠ ਕੇ ਰਹਿ ਰਸ ਦਾ ਪਾਠ ਹੋਇਆ। ਫੌਜਾਂ ਕੀਰਤਨ ਸੋਲਾ ਪੜ ਕੇ ਥਾਂ ਥਾਂਈਆਂ ਆਸਣ ਜਮਾ ਬੈਠੀਆਂ। ਰਾਤੋਂ ਰਾਤ ਸਾਰਾ ਬੰਗਾਲ ਦਾ ਇਲਾਕਾ ਲੰਘ ਗਏ ਤੇ ਦਿਨ ਚੜ੍ਹਦੇ ਕਰਦੇ ਹੀ ਵਲਟੇਅਰ ਪਹੁੰਚ ਗਏ। ਇੱਥੇ ਮਦਰਾਸ ਹਾੱਟੇ ਦਾ ਇਲਾਕਾ ਆ ਗਿਆ ਮਦਰਾਸ ਪੁਲਿਸ ਦੇ ਚਾਰਜ ਵਿੱਚ ਵਾਲਟਰ ਸਟੇਸ਼ਨ ਉੱਤੇ ਮਦਰਾਸ ਪੁਲਿਸ ਸਾਡਾ ਚਾਰਜ ਲੈਣ ਲਈ ਖੜੀ ਸੀ ਇਸ ਦਾ ਹੈੱਡ ਆਫਸਰ ਇੱਕ ਅਜਿਹਾ ਖਰਾਂਟ ਗੋਰਾ ਇੰਸਪੈਕਟਰ ਸੀ ਕਿ ਜੱਸ ਨੇ ਚਾਰਜ ਲੈੰਦੇ ਹੀ ਆਪਣਾ ਖਰਾਂਟਪੂਣਾ ਖਿਲਾਰਨਾ ਸ਼ੁਰੂ ਕਰ ਦਿੱਤਾ ਵਾਲਟਰ ਤੋਂ ਪਹਿਲਾਂ ਮਿਸ਼ਨਰੀ ਗੋਰੇ ਨਾਲ ਵੀ ਝੜਪ ਹੋ ਗਈ ਸੀ ਕਿਉਂਕਿ ਇੱਕ ਬੜਾ ਮਾਨਨੀ ਖੱਦਰ ਪੋਸ਼ ਕਾਂਗਰਸੀ ਦੇਸ਼ ਭਗਤ ਫਲਫਲੋਹਾਰ ਆਦਕ ਪੇਟਾ ਲੈ ਕੇ ਸੰਗਤ ਵੱਲ ਨੂੰ ਵਧਿਆ ਤਾਂ ਇਸ ਨੇ ਉਸ ਨੂੰ ੱੱਕਾ ਮਾਰਿਆ ਅਜੇ ਤੱਕ ਮਰਨ ਦੀ ਦੇਰ ਹੀ ਸੀ ਕਿ ਅਸੀਂ ਸਾਰੇ ਜਣੇ ਪਗ ਪਏ ਤਾਂ ਕਾਬਰ ਗਿਆ ਪਰ ਉਸ ਦੀ ਕਿਸਮਤ ਨੂੰ ਉੱਥੇ ਅੰਗਰੇਜ਼ੀ ਹਿੰਦੂ ਅਖਬਾਰ ਦਾ ਐਡੀਟਰ ਮਿਸਟਰ ਟੀ ਪ੍ਰਕਾਸ਼ਮ ਆ ਕੇ ਵਿਚ ਪੈ ਗਿਆ ਮਸਾ ਮਸਾ ਉਸ ਨੇ ਰਫਾ ਦਫੀ ਕਰਾਈ ਅਤੇ ਉਹ ਫਲ ਫਲੋਹਾਰਨੀ ਪੇਟਾ ਕਰਵਾ ਦਿੱਤੀ ਨਾਲੇ ਗੱਲੀਬਾਤੀ ਉਸ ਨੂੰ ਖੂਬ ਟਾੜਿਆ ਤੇ ਸ਼ਰਮਿੰਦਾ ਕੀਤਾ ਖਾਸ ਕਰਕੇ ਜਦੋਂ ਮਿਸਟਰ ਪ੍ਰਕਾਸ਼ਮ ਨੇ ਉਸ ਦੇਸ਼ ਭਗਤੀ ਹੈਸियत ਦੁਨੀਆਵੀ ਪੋਜੀਸ਼ਨ ਦੱਸੀ ਤਾਂ ਸੁਣ ਕੇ ਗੋਰੇ ਨੂੰ ਵੀ ਹੋਸ਼ ਆ ਗਏ ਹੁਣ ਅਸੀਂ ਇਸ ਖਰਾਂਟ ਗੋਰੇ ਦੇ ਵਸ ਪਏ ਤਾਂ ਉਸਨੇ ਟੱਟੀ ਪਿਸ਼ਾਬ ਲਈ ਗੱਡੀ ਤੋਂ ਉਤਰਨ ਦੀ ਸਖਤ ਮਨਾਹੀ ਕਰ ਦਿੱਤੀ ਸਾਡੇ ਡੱਬੇ ਨੂੰ ਜਿੰਦਰੇ ਲਗਵਾ ਦਿੱਤੇ ਫੇਰ ਕਿਸੇ ਸਟੇਸ਼ਨ ਤੇ ਨਾ ਖੋਲਣ ਦਿੱਤੇ ਹਰੇਕ ਸਟੇਸ਼ਨ ਪਰ ਆਪ ਬਾਹਰ ਨਿਕਲ ਕੇ ਖੜਾ ਹੋ ਜਾਵੇ ਪਰ ਸਾਨੂੰ ਨਿਕਲਣ ਨਾ ਦੇਵੇ ਸਾਥੋਂ ਅਲੱਗ ਇੱਕ ਖਾਨੇ ਵਿੱਚ ਜਾ ਬੈਠਿਆ ਕਰੇ ਜੋ ਸਾਡੇ ਡੱਬੇ ਦੇ ਲਾਗੇ ਹੀ ਸੀ ਪਾਪੀ ਹਿਰਦੇ ਨੂੰ ਆਪਣਾ ਪਾਪ ਆਪ ਹੀ ਮਾਰ ਦਿੰਦਾ ਹੈ ਕਈ ਵਾਰ ਸਾਡੇ ਜਬਰਜੰਗ ਸਾਥੀਆਂ ਦੀ ਸਲਾਹ ਹੋਈ ਕਿ ਉਸ ਤੋਂ ਚਾਬੀ ਖੋ ਲਈਏ ਪਰ ਉਹ ਵੀ ਮਹਾ ਖਰਾਂਟ ਸੀ ਸਾਡੇ ਡੱਬੇ ਦੇ ਨੇੜੇ ਹੀ ਨਾ ਆਵੇ ਖਬਰੇ ਸਾਡੇ ਸਾਥੀਆਂ ਦੀ ਅੱਖ ਪਛਾਣ ਗਿਆ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਸ ਨੇ ਸਾਨੂੰ ਅਜਾਈ ਕੜਕੀ ਵਿੱਚ ਰੱਖਿਆ ਕਿ ਬਹੁਤ ਸਾਰੇ ਸੱਜਣ ਟੱਟੀ ਪਸ਼ਾਬ ਕਾਰਨ ਖੁਣੋਂ ਤੰਗ ਆ ਗਏ ਡਿਸੈਂਟਰੀ ਦੇ ਬਿਮਾਰਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਸਾਰਾ ਦਿਨ ਪਸ਼ਾਬ ਬੰਦ ਰੱਖਣਾ ਕੋਈ ਥੋੜੀ ਔਖ ਵਾਲੀ ਗੱਲ ਹੈ ਇਸ ਕਾਰਨ ਅਸੀਂ ਛਕਣਾ ਛਕਾਉਣਾ ਤੇ ਜਲ ਪਾਨ ਕਰਨਾ ਵੀ ਛੱਡ ਦਿੱਤਾ ਨਹੀਂ ਤਾਂ ਬਹੁਤ ਔਖੇ ਹੁੰਦੇ ਦੈਨ ਸ਼ਿਪੇ ਰਹਿਰਾਸ ਦੇ ਪਾਠ ਤੋਂ ਪਿੱਛੋਂ ਚੱਲੀ ਜਾਂਦੀ ਗੱਡੀ ਵਿੱਚ ਸਾਰੇ ਜਾਣੇ ਸਲਾਹ ਕਰਨ ਲੱਗੇ ਕਿ ਇਸ ਪਾਮਰ ਨੂੰ ਜ਼ਰੂਰ ਹੱਥ ਦਿਖਾਉਣੇ ਚਾਹੀਦੇ ਹਨ ਕਾ ਕੇ ਅੱਗੇ ਵਾਸਤੇ ਸਬਕ ਸਿੱਖ ਜਾਵੇ ਤੇ ਅੱਗੇ ਨੂੰ ਨਾ ਵਾਜਬ ਤਕਲੀਫ ਕਿਸੇ ਨੂੰ ਦੇਣ ਸੰਬੰਧੀ ਕੰਨਾਂ ਨੂੰ ਹੱਥ ਲਾ ਲਵੇ। 10 ਨੇ ਇੱਕ ਐਸਾ ਨੁਕਤਾ ਸਮਝਾਇਆ ਜੋ ਸਾਰਿਆਂ ਦੇ ਪਸੰਦ ਆ ਗਿਆ। ਉਹ ਇਹ ਸੀ ਕਿ ਹੁਣ ਰਾਤ ਨੂੰ 9 ਵਜੇ ਵਖੋਵਖ ਸਟੇਸ਼ਨਾਂ ਤੇ ਸਾਡੇ ਵਿੱਚੋਂ ਵਖਵਖ ਜੱਥਿਆਂ ਨੂੰ ਨਿਯਤ ਕੀਤੀ ਵੰਡ ਅਨੁਸਾਰ ਵਖੋਵਖ ਜੇਲਾਂ ਵਿੱਚ ਲੈ ਜਾਣ ਲਈ ਉਤਾਰਨਗੇ। ਤਾਂ ਤੁਸੀਂ ਉਤਰਨ ਦਾ ਕੀ ਹੋ ਜਾਓ। ਉਹ ਕਿਸ ਤਰ੍ਹਾਂ? ਬਸ ਜਦੋਂ ਵੀ ਸਾਡੇ ਵਿੱਚੋਂ ਕਿਸੇ ਨੂੰ ਉਤਾਰਨ ਲਈ ਜਸ ਕਿਸੇ ਦਾ ਨਾਮ ਪੁਕਾਰੇ ਉਹ ਪੁਕਾਰ ਦਾ ਕੋਈ ਉੱਤਰ ਨਾ ਦੇਵੇ। ਸਭ ਮਸਤ ਹੋ ਰਹੇ। ਅੱਪੇ ਹੀ ਬੋਲ-ਬੋਲ ਕੇ ਹਮਝਾਵੇਗਾ ਨਾ ਤਾਂ ਸਾਡਾ ਕਿਸੇ ਦਾ ਵੀ ਨਹੀਂ ਜਾਣਦਾ ਨਾ ਹੀ ਮਦਰਾਸ ਦੇ ਪੁਲਿਸ ਇਹੀ ਜਾਣਦੇ ਹਨ ਹਜ਼ਾਰੀ ਬਾਗ ਜੇਲ੍ਹ ਦੇ ਵਾਕਫ ਕੇਵਲ ਦੋ ਹੀ ਸਿਪਾਹੀ ਸਾਡੇ ਨਾਲ ਹਨ ਉਹ ਨਵੇਂ ਹੀ ਹਨ ਉਹਨਾਂ ਵਿੱਚੋਂ ਹੀ ਕਿਸੇ ਨੂੰ ਪਤਾ ਨਹੀਂ ਕਿ ਸਾਡੇ ਵਿੱਚੋਂ ਕਿਸੇ ਦਾ ਕੀ ਨਉ ਹੈ ਇਹ ਮੰਤਰ ਸਾਰਿਆਂ ਨੇ ਪੱਕਾ ਪਕਾ ਲਿਆ ਤੇ ਸਾਥ ਹੀ ਜੇਲ੍ਹ ਨੰਬਰੀ ਕੱਪੜੇ ਵੀ ਵਟਾ ਦਿੱਤੇ ਭਾਵ ਹਰ ਇੱਕ ਕੱਪੜਾ ਅਡਵਰਡ ਨੰਬਰਾਂ ਦਾ ਇੱਕ ਦੂਜੇ ਤੀਜੇ ਚੌਥੇ ਵਟਾ ਕੇ ਪਾ ਲਿਆ ਰਾਜਮੰਦਰੀ ਸਟੇਸ਼ਨ ਤੇ ਨਿਰਾਲਾ ਮੋਰਚਾ ਰਾਤ ਦੇ 9 ਵਜੇ ਦੇ ਕਰੀਬ ਰਾਜਮੰਦਰੀ ਸਟੇਸ਼ਨ ਆ ਗਿਆ ਅਸੀਂ ਪੰਜ ਸਿੰਘਾਂ ਨੇ ਉੱਥੇ ਉਤਰਨਾ ਸੀ ਗੱਡੀ ਖੜਦੀ ਸਾਰ ਹੀ ਰਾਜਮੰਦਰੀ ਪੁਲਿਸ ਇੰਸਪੈਕਟਰ ਗੋਰਾ ਤੇ ਜੇਲ੍ਹ ਅਫਸਰ ਸਾਡੇ ਇੱਕ ਡੱਬੇ ਪਾਸ ਪਹੁੰਚ ਗਏ ਇਧਰੋਂ ਸਾਡੇ ਇੰਚਾਰਜ ਇੰਸਪੈਕਟਰ ਸਾਹਿਬ ਵੀ ਉਹਨਾਂ ਨੂੰ ਜਾ ਮਿਲੇ ਆਪਸ ਵਿੱਚ ਹੀ ਕਾਗਜ਼ ਪੱਤਰ ਵੇਖ ਚਾਹ ਕੇ ਇੱਕ ਗੁਰ ਅਫਸਰ ਬਾਰੋ-ਬਾਰੀ ਸਾਡੇ ਪੰਜ ਸਿੰਘਾਂ ਦੇ ਨਾਂ ਪੁਕਾਰਨ ਲੱਗਾ ਤੇ ਹੁਕਮ ਦਿੱਤਾ ਜਿਸ ਦਾ ਨਾਂ ਪੁਕਾਰਿਆ ਜਾਂਦਾ ਹੈ ਉਹ ਗੱਡੀ ਤੋਂ ਬਾਹਰ ਆ ਜਾਵੇ ਪਰ ਆਵੇ ਕੌਣ ਸਾਡੇ ਵਿੱਚੋਂ ਤਾਂ ਕੋਈ ਕੁਸਕੇ ਹੀ ਨਾ ਪਏ ਬਾਹਰ ਇਸ ਤਰ੍ਹਾਂ ਖੜੇ ਪੁਕਾਰਨ ਰੰਦਰ ਸਿੰਘ ਚੁੱਪ ਕਲਟਰ ਸਿੰਘ ਚੁੱਪ ਗੈਂਡਾ ਸਿੰਘ ਚੁੱਪ ਹਰਨਮ ਸਿੰਘ ਚੁੱਪ ਅਜਨ ਸਿੰਘ ਚੁੱਪ ਚੁੱਪ ਹੀ ਚੁੱਪ ਬਸ ਐਉਂ ਪ੍ਰਤੀਤ ਹੋਵੇ ਕਿ ਸਾਡੇ ਡੱਬੇ ਵਿੱਚ ਬੁੱਤ ਹੀ ਬੁੱਤ ਤਰੇ ਹੋਏ ਹਨ ਜਦ ਸਾਡਾ ਖਰਾਂਟ ਇੰਸਪੈਕਟਰ ਗੋਰਾ ਉੱਚੀ ਉੱਚੀ ਤਲਫਜ਼ ਕਈ ਤਰੀਕਿਆਂ ਨਾਲ ਬਣਾ ਬਣਾ ਕੇ ਬੋਲ ਬੋਲ ਥੱਕ ਗਿਆ ਤਾਂ ਸਾਡੇ ਵੱਲੋਂ ਚੁੱਪ ਤੋਂ ਬਿਨਾਂ ਕੋਈ ਉੱਤਰ ਨਾ ਮਿਲਿਆ ਤਾਂ ਰਾਜਮੰਦਰੀ ਪੁਲਿਸ ਦਾ ਗੋਰਾ ਇੰਸਪੈਕਟਰ ਜੋ ਪਹਿਲੇ ਨਾਲੋਂ ਕੁਝ ਚੰਗੀ ਹਿੰਦੁਸਤਾਨੀ ਬੋਲ ਸਕਦਾ ਸੀ ਵਧਿਆ ਤੇ ਸਾਡੀ ਲਿਸਟ ਹੱਥ ਵਿੱਚ ਲੈ ਕੇ ਆਪਣੇ ਜਾਣੇ ਪਛਾਣੇ ਠੀਕ ਠੀਕ ਨਾਮ ਪੁਕਾਰਨ ਲੱਗਾ ਉਸ ਤੋਂ ਵੀ ਸ਼ੁੱਧ ਨਾਮ ਨਾ ਪੁਕਾਰੇ ਜਾਣ ਗੱਲ ਕੀ ਤਲੱਫਜ਼ ਹੀ ਠੀਕ ਨਾ ਉਚਾਰ ਸਕੇ ਜੈਸਾ ਕਿ ਰਣਧੀਰ ਸਿੰਘ ਨੂੰ ਕਦੇ ਰੰਟਰ ਸਿੰਘ ਕਦੇ ਰਣਧੀਰ ਸਿੰਘ ਬੋਲੇ ਕਰਤਾਰ ਸਿੰਘ ਨੂੰ ਕਦੇ ਕਰਤਾਰ ਸਿੰਘ ਕਦੇ ਕਾਰਟਰ ਸਿੰਘ ਬੋਲੇ ਇਸ ਪ੍ਰਕਾਰ ਵਿਚਾਰਾ ਮੂੰਹ ਪਾੜ ਪੜ ਥੱਕ ਗਿਆ ਅਸੀਂ ਗੱਡੀਆਂ ਹੇਠਾਂ ਤੱਕ ਹੀ ਉਤਰਨਾ ਸੀ ਸਾਡੇ ਵਿੱਚੋਂ ਕੋਈ ਆਵਾਜ਼ ਹੀ ਨਾ ਦੇਵੇ ਸਾਰੇ ਗੋਰੇ ਅਫਸਰ ਦੋਹਾਂ ਜੇਲ੍ਹ ਸਿਪਾਹੀਆਂ ਦੇ ਉਦਾਲੇ ਹੋਏ ਕਿ ਹੁਣ ਤੁਸੀਂ ਇਹਨਾਂ ਦੇ ਨਾਮ ਦੱਸੋ ਤੇ ਰਾਜਮੰਦਰੀ ਜੇਲ੍ਹ ਵਿੱਚ ਜਾਣ ਵਾਲੇ ਪੰਜਾਂ ਸਿੱਖਾਂ ਨੂੰ ਛਾਂਟ ਕੇ ਡੱਬੇ ਵਿੱਚੋਂ ਕੱਢੋ ਜਾਂ ਸਾਨੂੰ ਹੱਥ ਹੀ ਲਾ ਲਾ ਕੇ ਦੱਸੋ ਉਹ ਆਪ ਹੀ ਕੰਨਾਂ ਨੂੰ ਹੱਥ ਲਾਉਣ ਲੱਗੇ ਕਿ ਅਸੀਂ ਇਹਨਾਂ ਦੇ ਨਾਮ ਨਹੀਂ ਜਾਣਦੇ ਪਰ ਦਾਸ ਨੂੰ ਫੜ ਕੇ ਕਹਿਣ ਲੱਗੇ ਅਸੀਂ ਇਸ ਨੂੰ ਜਾਣਦੇ ਤਾਂ ਹਾਂ ਇਸ ਨੂੰ ਸਾਧੂ ਜੀ ਸਾਧੂ ਜੀ ਕਰਕੇ ਜੇਲ੍ਹ ਵਿੱਚ ਸਾਰੇ ਅਫਸਰ ਤੇ ਸਿਪਾਹੀ ਲੋਕ ਬੁਲਾਇਆ ਕਰਦੇ ਸੀ ਹੋਰ ਅਸੀਂ ਨਾਮ ਇਸ ਦਾ ਵੀ ਨਹੀਂ ਜਾਣਦੇ ਦੋਹਾਂ ਜੇਲ੍ਹ ਸਿਪਾਹੀਆਂ ਦਾ ਉੱਤਰ ਸੁਣ ਕੇ ਸਭ ਅਫਸਰਾਂ ਦੇ ਸ਼ੱਕੇ ਛੁੱਟ ਗਏ ਅਤੇ ਬੜੇ ਹੀ ਨਿਰਾਸ਼ ਨਮੋਚਾਣੇ ਹੋ ਕੇ ਸਾਡੇ ਅੱਗੇ ਮਿੰਤਾ ਕਰਨ ਲੱਗੇ ਕਿ ਕਿਰਪਾ ਕਰਕੇ ਆਪੋ ਹੀ ਪੰਜ ਜਣੇ ਹੇਠਾ ਉਤਰਾਓ ਪਲੇਟਫਾਰਮ ਉੱਤੇ ਤਕੜਾ ਇਕੱਠ ਹੋ ਗਿਆ ਤਮਾਸ਼ਵੀਨ ਲੋਕਾਂ ਨੇ ਸਾਡੇ ਡੱਬੇ ਦੇ ਸਾਹਮਣੇ ਅਫਸਰਾਂ ਨੂੰ ਘੇਰਾ ਪਾ ਲਿਆ ਜਿਨ੍ਹਾਂ ਵਿੱਚ ਰਾਜ ਮੰਤਰੀ ਦੇ ਕਾਂਗਰਸੀ ਲੀਡਰ ਵੀ ਸ਼ਾਮਲ ਸਨ ਜੋ ਕਿ ਸਾਨੂੰ ਉੱtreਦਾਂ ਨੂੰ ਵੇਖਣ ਲਈ ਆਏ ਸੀ ਜਦੋਂ ਪੂਰਾ ਇਕੱਠ ਹੋ ਗਿਆ ਤਾਂ ਡੱਬੇ ਦੇ ਅੰਦਰੋਂ ਬਾਰੀ ਵਿੱਚ ਦੀ ਪਲੇਟਫਾਰਮ ਤੇ ਖੜੇ ਸਾਰੇ ਸਰੋਤਿਆਂ ਨੂੰ ਸੰਮੁਖ ਹੋ ਕੇ ਵੀਰਕਰਤਾਰ ਸਿੰਘ ਨੇ ਅੰਗਰੇਜ਼ੀ ਵਿੱਚ ਰਸਤੇ ਦੇ ਸਾਰੇ ਅਤਿਆਚਾਰ ਅਤੇ ਬਦਸਲੂਕੀਆਂ ਜੋ ਜੋ ਸੁਖਰਾਂਟ ਸਾਹਿਬ ਨੇ ਕੀਤੀਆਂ ਸਨ ਸਭ ਡੱਕੋ ਡੱਕਾ ਉਗੇੜੀਆਂ ਤੇ ਸਾਡੀ ਚੁੱਪ ਦਾ ਕਾਰਨ ਸਾਰਿਆਂ ਨੂੰ ਸਮਝਾਇਆ ਗਿਆ ਇਨਸਪੈਕਟਰ ਨੂੰ ਚਾਰਜ ਫੇਰਿਓ ਫਿਟਕਾਰਾਂ ਤੇ ਸ਼ੇਮ ਸ਼ੇਮ ਦੀ ਬੁਛਾੜ ਪੈਣ ਲੱਗੀ ਤੇ ਗੋਰੇ ਦੀ ਰੰਗਤ ਸ਼ਰਮ ਦੇ ਮਾਰੇ ਪੀਲੀ ਪੂਕ ਹੋ ਗਈ ਰਾਜ ਮੰਦਰੀ ਤੋਂ ਆਏ ਜ਼ਿੰਮੇਵਾਰ ਅਫਸਰਾਂ ਨੇ ਆਪਣੀ ਜ਼ਿੰਮੇਵਾਰੀ ਉੱਤੇ ਫੌਰਨ ਡੱਬੇ ਦੇ ਤਾਲੇ ਖੁਲਾ ਕੇ ਸਾਨੂੰ ਟੱਟੀ ਪਿਸ਼ਾਬ ਜਾਣ ਦੀ ਖੁੱਲ੍ਹ ਦਿੱਤੀ ਸਭ ਨੇ ਜਥਾ ਸ਼ਕ ਹਾਜ਼ਰ ਰਫਾਈ ਕੀਤੀ ਕਈਆਂ ਨੂੰ ਤਾਂ ਕਬਜ਼ੀਆਂ ਹੀ ਹੋ ਗਈਆਂ ਕਈਆਂ ਨੂੰ ਸਿਰਦਰਦੀਆਂ ਦੀ ਸ਼ਿਕਾਇਤ ਹੋ ਗਈ ਅਸੀਂ ਮਿੰਟਾਂ ਵਿੱਚ ਹੀ ਫਾਰਗੋ ਕੇ ਸਾਰੇ ਸਾਰੇ ਫਿਰ ਡੱਬੇ ਵਿੱਚ ਆਵੜੇ ਉਹ ਪੰਜਾਂ ਨੂੰ ਨਿਰਾਲੇ ਕਰਨ ਲਈ ਲੇਲੜੀਆਂ ਕੱਢਣ ਅਸੀਂ ਕਿਸੇ ਦੀ ਸੁਣੀਏ ਹੀ ਨਾ ਰਾਜ ਮੰਦਰੀ ਜੇਲ੍ਹ ਕਰਮਚਾਰੀ ਜੋ ਉੱਥੇ ਆਏ ਹੋਏ ਸਨ ਉਹ ਵੀ ਅਤੇ ਹੋਰ ਜ਼ਿੰਮੇਵਾਰ ਸਰਕਾਰੀ ਅਫਸਰ ਸਾਨੂੰ ਬਥੇ ਰੱਜ ਕੇ ਨਿਵਾਉਣ ਕਿ ਹੁਣ ਤੁਹਾਡੇ ਨਾਲ ਬਦਸਲੂਕੀ ਨਹੀਂ ਹੋਵੇਗੀ ਪਰ ਅਸੀਂ ਉਹਨਾਂ ਨੂੰ ਇਹੋ ਆਖੀਏ ਅਬ ਤੂੰ ਮਰੀ ਪ੍ਰਤੀਤ ਨਾ ਹੋਈ ਉਹ ਸਾਰੇ ਜਣੇ ਉਸ ਇੰਸਪੈਕਟਰ ਨੂੰ ਲਾਹਨਤ ਤਾਂ ਪਾਉਣ ਉਬੀ ਹੁਣ ਹੀਣਾ ਛੀਣਾ ਹੋ ਗਿਆ ਮੈਂ ਤਰਲੇ ਲਵੇ ਤੇ ਵਾਸਤੇ ਕੱਢੇ ਕਿ ਰੱਬ ਦੇ ਵਾਸਤੇ ਹੁਣ ਤੁਸੀਂ ਉੱਤਰ ਪਵੋ ਅਸੀਂ ਆਖਿਆ ਹੁਣ ਆਪਣਾ ਆਰਡਰ ਪੂਰਾ ਹੀ ਰੱਖੋ ਦਿਨ ਦਿਹਾੜੇ ਤਾਂ ਸਾਨੂੰ ਗੱਡੀਆਂ ਹੇਠਾਂ ਪੈਰ ਨਹੀਂ ਪਾਉਣ ਦਿੱਤਾ ਹੁਣ ਤਾਂ ਰਾਤ ਪਈ ਹੋਈ ਹੈ ਕਿਉਂ ਆਪਣਾ ਆਰਡਰ ਆਪ ਹੀ ਤੋੜਦੇ ਹੋ ਆਪਣੇ ਆਰਡਰ ਦੀ ਪੂਸ਼ ਘਟ ਕੇ ਫੜੀ ਰੱਖੋ ਅਸੀਂ ਤੁਹਾਡੇ ਆਰਡਰ ਉੱਤੇ ਪੱਕੇ ਹੀ ਰਹਿਣਾ ਹੈ ਤੇ ਇਸ ਆਰਡਰ ਦੇ ਮਜ਼ੇ ਤੁਹਾਨੂੰ ਚਖਾਉਣੇ ਹਨ ਸਾਨੂੰ ਇਸ ਵੇਦ ਲੋਹੇ ਦੀ ਲੱਠ ਵੇਖ ਕੇ ਸਭ ਨਿਰਾਸ਼ ਹੋ ਗਏ ਕਿ ਹੁਣ ਇਹ ਨਹੀਂ ਉਤਰਨੇਗੇ ਗੱਡੀ ਇਸ ਸਟੇਸ਼ਨ ਉੱਤੇ ਖੜੀ ਨੂੰ ਵੀ ਪੌੜਾ ਘੰਟਾ ਹੋ ਚੁੱਕਿਆ ਸੀ ਹਾਲਾਂਕਿ ਉੱਥੇ 10-15 ਮਿੰਟ ਹੀ ਠਹਿਰਨੀ ਸੀ ਹਰ ਹੰਭ ਕੇ ਮਜਬੂਰਨ ਗੱਡੀ ਤੋੜਨੀ ਹੀ ਪਈ ਅਤੇ ਖਾਲਸਾ ਜੈਕਾਰੇ ਗਜੋਂਦਾ ਤੇ ਭੂਤਨੀ ਦੇ ਖੜਾ ਚੜਾ ਭੂਤਨੀ ਸਵਾਰ ਹੀ ਰਿਹਾ ਕੋਈ ਵੀ ਨਾ ਉਤਰਿਆ 23 ਦੀਆਂ 23 ਲੱਖ ਫੌਜਾਂ ਗਾਇਦੀਆਂ ਵਜਦੀਆਂ ਤੌਰ ਮਦਰਾਸ ਜਾ ਉਤਰੀਆਂ ਸਾਰੇ ਤਾਰਾਂ ਫਿਰ ਗਈਆਂ ਕਿ ਪੰਜਾਬੀ ਸਿੱਖ ਇਸ ਵਿਦ ਆ ਕੀ ਹੋ ਗਈ ਉਧਰ ਅੰਧਰਾ ਪ੍ਰਾਂਤ ਦੇ ਦੇਸ਼ ਭਗਤਾਂ ਨੇ ਵੀ ਸਾਰੇ ਖਬਰਾਂ ਧੁਮਾ ਦਿੱਤੀਆਂ ਕਿ ਪੈਰਿਸ ਲੂਕ ਤੇ ਜ਼ਬਰ ਜੋਰਾਂ ਦੇ ਕਾਰਨ 1900 14-15 ਵਾਲੇ ਸਿੱਖ ਪੋਲੀਟੀਕਲ ਕੈਦੀਆਂ ਨੇ ਨਿਰਾਲੀ ਨਾਨ ਕੋਆਪਰੇਸ਼ਨ ਨਾ ਮਿਲਵਰਤਨ ਸत्याग्रह ਕਰ ਦਿਖਾਈ ਤੇ ਜਰਵਾਲਿਆਂ ਨੂੰ ਸਾਬਕ ਸਿੱਖਣੀ ਸਜ਼ਾ ਦਿੱਤੀ। ਮਦਰਾਸ ਸਟੇਸ਼ਨ ਉੱਤੇ ਵੀ ਅਸੀਂ ਆਪੋ ਨਾਲ ਉਤਰਦੇ ਪਰ ਉੱਥੇ ਜਾ ਕੇ ਉਹਨਾਂ ਸਾਡਾ ਡੱਬਾ ਹੀ ਟ੍ਰੇਨ ਨਾਲੋਂ ਕੱਢ ਦਿੱਤਾ ਤੇ ਬਾਹਰ ਪਲੇਟਫਾਰਮ ਉੱਤੇ ਦਰੀਆਂ ਐਉਂ ਵਿਛ ਗਈਆਂ ਜਿਵੇਂ ਕਿਸੇ ਜਨੇਤ ਦੀ ਆਗਤ ਭਗਤ ਕਰਨੀ ਹੁੰਦੀ ਹੈ। ਮਦਰਾਸ ਦੇ ਜੇਲ੍ਹ ਕਰਮਚਾਰੀ ਸਿਆਣਾ ਨੇ ਇਹ ਪ੍ਰਬੰਧ ਕੀਤਾ ਸੀ। ਅਸੀਂ ਦਰੀਆਂ ਉੱਤੇ ਸੱਜ ਗਏ ਪਈਆਂ ਖਾਤਰਾ ਹੋਣ ਲੱਗੀਆਂ। ਪਰ ਸਭ ਸਰਕਾਰੀ ਕਰਮਚਾਰੀ ਹੀ ਦਿਸਣ ਕਿਉਂਕਿ ਦੇਵਨੈਤ ਅਸੀਂ ਹੋਈ ਕਿ ਉਸ ਸਮੇਂ ਮਦਰਾਸ ਸਟੇਸ਼ਨ ਉੱਤੇ ਕੋਈ ਵੀ ਦੇਸ਼ ਭਗਤ ਨਾ ਦਿਸੇ ਖਦਰਪੋਸ਼ੀਦਾਰ ਕਿਤੇ ਨਾਮ ਨਿਸ਼ਾਨ ਵੀ ਇਹਨਾਂ ਦਿਸੇ ਸਭ ਥਾਈਂ ਵਿਦੇਸ਼ੀ ਸਾੜੀਆਂ ਵਾਲੇ ਇੱਧਰ ਉੱਧਰ ਨੂੰ ਮੂੰਹ ਚੁੱਕੀ ਫਿਰਨ ਹਾਲਾਂਕਿ ਪਿਛਲੇ ਸਭ ਸਟੇਸ਼ਨਾਂ ਉੱਤੇ ਖਦਰਪੋਸ਼ ਭਗਤਾਂ ਦੀ ਤਨੀ ਪਰਮਾਰ ਰਹਿੰਦੀ ਸੀ ਕਿ ਸਾਡੀ ਗੱਡੀ ਉੱਤੇ ਤਮਾਸ਼ਾ ਵੀ ਇਹਨਾਂ ਦੀ ਘਟਾਸ਼ ਆ ਜਾਂਦੀ ਸੀ ਖਾਸ ਸ਼ਹਿਰ ਮਦਰਾਸ ਦਾ ਇਹ ਹਾਲ ਦਿਸੇ ਕਿ ਮੰਨ ਉੱਥੇ ਦੇਸ਼ ਭਗਤੀ ਦਾ ਮੁਸ਼ਕ ਵੀ ਨਹੀਂ ਸਾਨੂੰ ਜਿਸ ਪ੍ਰਕਾਰ ਪਲੋਸ ਪਲਾਸ ਕੇ ਅਤੇ ਮਿਹਨਤ ਸਮਾਜਿਤ ਕਰਕੇ ਸੈਂਟਰਲ ਜੇਲ ਮਦਰਾਸ ਵਿੱਚ ਲੈ ਗਏ। ਸੋ ਬੜੀ ਵਿਸਥਾਰਕ ਕਥਾ ਹੈ ਜਿਸ ਦੇ ਦੱਸਣ ਤੋਂ ਪੁਸਤਕ ਦਾ ਆਕਾਰ ਵਧਣ ਦਾ ਡਰ ਹੈ। ਜੇਲ ਵਿੱਚ ਲਿਜਾ ਕੇ ਸਾਨੂੰ ਇੱਕ ਖੁੱਲੇ ਦਲਾਨ ਵਿੱਚ ਉਤਾਰ ਦਿੱਤਾ। ਬੜੀਆਂ ਖਾਤਰਾਂ ਤੇ ਨਿਉਣੀਆਂ ਛਿਉਣੀਆਂ ਕਰਨ ਲੱਗੇ। ਅਸੀਂ ਸਵੇਰ ਤੋਂ ਲੈ ਕੇ ਤੀਜੇ ਪਹਿਰ ਤੱਕ ਉੱਥੇ ਹੀ ਬਰਾਜੇ। ਉੱਥੋਂ ਦਾ ਜੇਲਰ ਜੋ ਕਿ ਇੱਕ ਗੋਰਾ ਹੀ ਸੀ ਬੜੀ ਹੀ ਖੁਸ਼ਖੁਲਕੀ ਅਤੇ ਸ਼ਰਾਫਤ ਨਾਲ ਪੇਸ਼ ਆਇਆ। ਉਸਨੇ ਸਾਨੂੰ ਦੱਸਿਆ ਕਿ ਜਿਸ ਇਨਸਪੈਕਟਰ ਨੇ ਤੁਹਾਨੂੰ ਨਜ਼ਾਇਜ਼ ਤਕਲੀਫ ਦਿੱਤੀ ਹੈ ਉਸ ਦੀ ਕਰਨੀ ਦਾ ਫਲ ਅੱਜ ਹੀ ਮਿਲ ਗਿਆ ਹੈ। ਉਸ ਨੂੰ ਇੱਕਦਮ ਉਤਾਰੂ ਕੀਤਾ ਗਿਆ ਹੈ, ਡੀਗ੍ਰੇਡ ਕੀਤਾ ਗਿਆ ਹੈ ਤੇ ਰਾਜ ਮੰਦਰੀ ਤੋਂ ਇੱਥੋਂ ਤੱਕ ਸਾਰਿਆਂ ਦੇ ਲਿਹਾਉਣ ਦਾ ਤੇ ਮੋੜ ਉੱਥੇ ਲੈ ਜਾਣ ਦਾ ਸਮੇਤ ਗਾਰਡ ਦੇ ਖਰਚ ਵੀ ਉਸ ਜੁਮੇ ਮੜਿਆ ਗਿਆ ਹੈ। ਹੁਣ ਉਸ ਨੂੰ ਖਾਸੀ ਸਜ਼ਾ ਮਿਲ ਚੁੱਕੀ ਹੈ। ਮੇਰੀ ਹਾਲਤ ਤੇ ਮੇਰੇ ਸਿਰ ਪੈਣ ਵਾਲੀਆਂ ਮੁਸੀਬਤਾਂ ਨੂੰ ਮੁੱਖ ਰੱਖ ਕੇ ਮਿਹਰਬਾਨੀ ਕਰਕੇ ਆਪੇ ਹੀ ਆਪਣੇ ਜਥਿਆਂ ਦੇ ਨਾਮ ਦੱਸ ਦੇਵੋ ਤਾਂ ਕਿ ਤੁਹਾਨੂੰ ਥਾਉਂ-ਥਾਈ ਅਮਨ ਨਾਲ ਪਹੁੰਚਾਇਆ ਜਾਵੇ। ਸਾਡੀ ਦਲੀਲ ਸੀ ਕਿ ਹਜ਼ਾਰੀਬਗ ਜੇਲ੍ਹ ਦੇ ਜੇਲਰ ਮੀਕ ਸਾਹਿਬ ਨੂੰ ਵੀ ਕੁਝ ਸੇਕ ਲੱਗੇ ਜਿਸ ਨੇ ਇਹ ਕੋਝਾ ਇੰਤਜ਼ਾਮ ਕਰਕੇ ਇਤਨੀ ਤਕਲੀਫ ਸਾਨੂੰ ਦਿੱਤੀ ਪਾਪ ਪਿਸ਼ਾਪ ਟੱਟੀ ਵੀ ਹੁਣ ਡੱਬਾ ਸਾਡੇ ਲਈ ਲਾ ਕੇ ਤਕਲੀਫ ਦਿੱਤੀ ਪਰ ਮਦਰਾਸ ਜੇਲ੍ਹ ਦੇ ਗੁਰੇ ਅਫਸਰਾਂ ਨੇ ਸਾਡੇ ਨਾਲ ਸ਼ਰਾਫਤ ਭਰੇ ਸਲੂਕ ਦਾ ਵਰਤਾਓ ਕਰਕੇ ਸਾਨੂੰ ਠੰਡੇ ਕਰ ਲਿਆ ਬੜੀ ਹੀ ਠੰਡੀ ਪਾਲਸੀ ਵਰਤੀ ਸਾਡੀ ਖੂਨ ਦੀ ਲੈਣ ਖਾਤਰ ਸਾਡੇ ਕਾਲੇ ਪਾਣੀੋਂ ਵਾਪਸ ਆਏ ਚੀ ਦੀ ਵਿਸ਼ਨ ਨੇ ਭਰਾਵਾ ਨਾਲ ਸਾਡਾ ਖੁੱਲਮ ਖੁੱਲਾ ਮੇਲ ਕਰਾ ਦਿੱਤਾ ਅਸੀਂ ਖੂਬ ਪਰਸ ਪਰ ਬਰਸਾਂ ਬੱਧੀ ਵਿਛੋੜਿਆ ਪਿੱਛੋਂ ਗਲ ਮਿਲ ਕੇ ਬੁਖਾਰ ਕੱਢੇ ਅਤੇ ਖੂਬ ਗਹਿਰੇ ਗੱਫਿਆਂ ਵਾਲੀਆਂ ਦੇਗਾਂ ਸਜੀਆਂ ਪ੍ਰੇਮ ਸ਼ੰਦਾਂ ਦੀ ਲਹਿਰ ਬਹਿਰ ਸਵਾ ਪੈਰ ਹੁੰਦੀ ਰਹੀ। ਬਾਣੇ ਅੰਦਰ ਕਰਤਾਰ ਨੇ ਇਹ ਮੇਲੇ ਕਰਾਉਣੇ ਸਨ। ਬਾਣੇ ਅੰਦਰ ਹੀ ਸਤਿਆਗ੍ਰਹਿ ਸੁਜੀ ਜਿਸ ਦੇ ਤਫੈਲ ਮਦਰਾਸ ਆ ਕੇ ਉਤਾਰੇ ਹੋਏ ਤੇ ਬਾਣੇ ਅੰਦਰ ਹੀ ਰਾਸ ਕੁਮਾਰੀ ਦੇ ਇੱਕੁਰਬੋਜ਼ਵਾਰ ਵੇਖਣ ਵਾਲਾ ਸੁਪਨ ਦ੍ਰਿਸ਼ਟਾਂਤ ਪੂਰਾ ਹੋਣਾ ਸੀ। ਜੋ ਵੀਰ ਕਰਤਾਰ ਸਿੰਘ ਜੀ ਨੇ ਯਾਦ ਕਰਾਇਆ ਕਿ ਹਜ਼ਾਰੀ ਬਾਗ 1920 ਤੋਂ ਪਹਿਲਾਂ ਭਾਈ ਅਤਰ ਸਿੰਘ ਜੀ ਸੰਜੋਗੀ ਸਾਥੀ ਈੜੀ ਨੇ ਜਦੋਂ ਪੁੱਛਿਆ ਕਿ ਭਾਈ ਸਾਹਿਬ ਜੀ ਚੱਪਦੇ ਹੀ ਬੰਦ ਖਲਾਸੀਆਂ ਦੇ ਦ੍ਰਿਸ਼ਟਾਂਤ ਦਿਸਦੇ ਹਨ ਤਿਸ ਪਰ ਅਸਾਂ ਆਖਿਆ ਕਿ ਵੀਰ ਜੀ ਤੇ ਸਾਡੇ ਦ੍ਰਿਸ਼ਟਾਂਤ ਵੀ ਸਹੀ ਹਨ ਤੁਸੀਂ ਜ਼ਰੂਰ ਰਹਾ ਹੋ ਜਾਣਾ ਹੈ ਪਰ ਅਸੀਂ ਤਾਂ ਜੇ ਰਾਸਕਮਾਰੀ ਦੇ ਪਾਸੇ ਦੀ ਸੈਰ ਕਰਨੀ ਹੈ ਸਾਨੂੰ ਤਾਂ ਐਉਂ ਹੀ ਦ੍ਰਿਸ਼ਟਾਂਤ ਦਿਖਾਈ ਦੇ ਰਹੇ ਹਨ ਸੋ ਵੀਰ ਅਤਰ ਸਿੰਘ ਤਾਂ 1920 ਦੀ ਖੁੱਲੀ ਸ਼ੋਟ ਵਿੱਚ ਹੀ ਛੁੱਟ ਗਏ ਤੇ ਸਾਡਾ ਰਾਸਕਮਾਰੀ ਦੇ ਪਾਸੇ ਵਾਲਾ ਦ੍ਰਿਸ਼ਟਾਂਤ ਹੁਣ ਸੁੱਤੇ ਸਿੱਧ ਹੀ ਆਪਣੀ ਪੂਰਤੀ ਉੱਪਰ ਆ ਗਿਆ ਸੱਚਮੁੱਚ ਦਾਸ ਨੂੰ ਯਾਦ ਵੀ ਨਹੀਂ ਸੀ ਬੀਰ ਅਤਰ ਸਿੰਘ ਜੀ ਨਾਲ ਹੋਏ ਦ੍ਰਿਸ਼ਟਾਂਤ ਸੰਬੰਧੀ ਬਚਨ ਬਲਾਸ ਸਭ ਵਿਸਰ ਗਏ ਸਨ ਜੋ ਹੁਣ ਸ਼੍ਰੀ ਭਾਈ ਕਰਤਾਰ ਸਿੰਘ ਸਾਹਿਬ ਸਾਹਿਤ ਗੋਸ਼ਟ ਕਰਦੇ ਆਂ ਜਿਆਦਾ ਏ ਸੋ ਉਕਤ ਰਾਜਮੰਦਰੀ ਉੱਤਰ ਨੂੰ ਆ ਕੀ ਹੋਣ ਦਾ ਸਤਿਆਗ੍ਰਹਿ ਮਤਾੰਤ ਭਾਣੇ ਅੰਦਰ ਹੀ ਸੁੱਤੇ ਸੁੱਫਰ ਹੀ ਸੀ ਮਿਣਿਆ ਮਿੱਥਿਆ ਹੋਇਆ ਨਹੀਂ ਸੀ ਸੋ ਇਹ ਸਭ ਕੁਝ ਭਾਣੇ ਅੰਦਰ ਹੀ ਹੋਣਾ ਸੀ ਨਾ ਹੀ ਸਾਡੇ ਅੰਦਰ ਕਿਸੇ ਤੋਂ ਬਦਲਾ ਲੈਣ ਦੀ ਸਪਿਰਟ ਵਾਲੀ ਅੰਧੀ ਨੀਤ ਗੰਢ ਹੀ ਸੀ ਅਸੀਂ ਤਾਂ ਕੇਵਲ ਪੁੱਸਰੇ ਹੋਏ ਪਾਮਰਾ ਨੂੰ ਸੋਧਲਾ ਚਾੜਨਾ ਸਬਕ ਦੇ ਕੇ ਸਮੱਤੇ ਲਾਉਣਾ ਹੀ ਲੋੜਦੇ ਸੀ ਬਦਲਾ ਲੈਣਾ ਹੁੰਦਾ ਤਾਂ ਰਾਹ ਵਿੱਚ ਹੀ ਬਥੇਰੇ ਪिसू ਪਾ ਦਿੰਦੇ ਕਿਉਂਕਿ ਜਦੋਂ ਗੱਡੀ ਵਿੱਚ ਆਉਂਦੇ ਆ ਰਾਤ ਨੂੰ ਸਾਰੇ ਸਿਪਾਹੀ ਸਰਜੰਟ ਆਦਿਕ ਸੁਸਰੀ ਵਾਂਗ ਸੌਂ ਗਏ ਸਨ ਤੇ ਸ਼੍ਰੀਮਾਨ ਜੀ ਦੇ ਖਾਲਸਾਈ ਖਿਤਾਬ ਵਾਲੇ ਸ੍ਰੀ ਭਾਈ ਗੁਜਰ ਸਿੰਘ ਨਿਹੰਗ ਗੰਡਾ ਸਿੰਘ ਆਦਿਕ ਵੀਰਾਂ ਨੇ ਉਹਨਾਂ ਪਾਸੋਂ ਸਾਰੀਆਂ ਸੰਗੀਨਾ ਸੰਯੁਕਤੀ ਭਰੀਆਂ ਪ੍ਰਾਤੀਆਂ ਰਾਈਫਲਾਂ ਬੰਦੂਕਾਂ ਗੋਲੀ ਗੱਠੇ ਸਮੇਤ ਖਸਕਾ ਕੇ ਇਕੱਠੀਆਂ ਆਪਣੇ ਖਾਨੇ ਵਿੱਚ ਕਾਬੂ ਕਰਕੇ ਦਾਸ ਨੂੰ ਦਿਖਾ ਦਿੱਤੀਆਂ ਸਨ ਤੇ ਹਰਨ ਹੋਣ ਦਾ ਇਸ਼ਾਰਾ ਹੀ ਭੜਲੇ ਸਨ ਪਰੰਤੂ ਦਾਸ ਨੇ ਉਹਨਾਂ ਪਾਸ ਬੇਨਤੀ ਕੀਤੀ ਸੀ ਕਿ ਅਸੀਂ ਕਿਸੇ ਤੋਂ ਬਦਲਾ ਇਸੇ ਭੰਤ ਨਹੀਂ ਲੈਣਾ ਇਹ ਖਾਲਸਾਈ ਸਪਿਰਿਟ ਨਹੀਂ ਐਸੇ ਮੇ ਸਾਰਾ ਦੇਸ਼ ਤਾਂ ਘਰਾਂ ਨੂੰ ਛੱਡ ਕੇ ਜੇਲ੍ਹਾਂ ਨੂੰ ਧਾਈ ਕਰ ਰਿਹਾ ਹੈ ਅਸੀਂ ਹੁਣ ਦੇਸ਼ ਦੇਸ਼ਾਂਤਰੀ ਜੇਲ੍ਹਾਂ ਨੂੰ ਛੱਡ ਕੇ ਘਰਾਂ ਨੂੰ ਨਸਣ ਭਜਣ ਲਈ ਯਤਨ ਕਰੀਏ ਇਹ ਖਾਲਸਾਈ ਸ਼ਾਂ ਦੇ ਸ਼ਾਇਆ ਨਹੀਂ ਸਾਡੇ ਇਹਨਾਂ ਸਰਕਾਰੀ ਰੱਖੇ ਰਖਵੱਲਿਆਂ ਨੂੰ ਇਤਨੀ ਸ਼ਰਮਿੰਦਗੀ ਬਥੇਰੀ ਹੈ ਉਹਨਾਂ ਨੂੰ ਇੱਕ ਇੱਕ ਨੂੰ ਜਗਾ ਕੇ ਹਰੇਕ ਦਾ ਆਪ ਆਪਣਾ ਰਫਲ ਗੋਲੀ ਇਕੱਠਾ ਉਹਨਾਂ ਨੂੰ ਸੌਂਪ ਦੇਵੋ ਸੋ ਐਸਾ ਹੀ ਕੀਤਾ ਗਿਆ ਸੀ ਜਿਸ ਖਾਲਸਾਈ ਦਿਲਾਵਰੀ ਨੂੰ ਦੇਖ ਕੇ ਉਹ 당ਗ ਰਹਿ ਗਏ ਸੋ ਖਾਲਸਾਈ ਦਿਲਾਵਰੀ ਸਹਿਮ ਸ਼ੀਲਤਾ ਵਾਲੀ ਸ਼ੁਰਮਗਤੀ ਵਿੱਚ ਬੁੱਧੀਕ ਹੈ ਬਦਲਾ ਲਾਉ ਪਾਲਸੀ ਵਿੱਚ ਨਹੀਂ ਇਸ ਪ੍ਰਕਾਰ ਦੀਆਂ ਵਿਚਾਰਾਂ ਵਿਚਾਰ ਕੇ ਅਸੀਂ ਮ드ਰਾਸ ਜੇਲ ਅਤੇ ਅੰਧਰਾ ਸੂਬੇ ਦੇ ਪੁਲਿਸ ਅਫਸਰਾਂ ਨੂੰ ਆਪਣੇ ਨਾਮ ਦੱਸਣ ਲਈ ਸਹਿਮਤ ਹੋ ਗਏ ਉਹ ਅਫਸਰਾਂ ਨੇ ਵੀ ਸਾਰਾ ਮਾਮਲਾ ਖਾਲਸੇ ਦੇ ਰਹਿਮ ਤੇ ਛੱਡ ਦਿੱਤਾ ਜਦੋਂ ਐਸੀ ਹੋ ਗਈ ਤਾਂ ਅਸਾਂ ਨੇ ਸਭ ਤੋਂ ਪਹਿਲਾਂ ਖਾਸ ਮ드ਰਾਸ ਜੇਲ ਦੀ ਬੰਡ ਵਿੱਚ ਆਏ ਤਿੰਨ ਸਾਥੀ ਜਿਹੜੇ ਉਹਨਾਂ ਦੇ سپਰਦ ਕਰ ਦਿੱਤੇ ਤੇ ਸਾਡੇ ਸਾਹਮਣੇ ਉਹਨਾਂ ਨੇ ਬੜੀ ਭਲ ਮਸਾਉ ਨਾਲ ਉਹਨਾਂ ਨੂੰ ਸੰਭਾਲਿਆ ਤੇ ਪੋਲਿਟੀਕਲ ਕੈਦੀਆਂ ਵਾਲੇ ਸਾਰੇ ਹਕੂਕ ਦੇ ਦਿੱਤੇ ਵਸਤਰ ਆਦ ਖਾਦ ਖੁਰਾਕ ਦੇ ਸਾਰੇ ਸਮਾਨ ਸਾਡੇ ਸਾਹਮਣੇ ਮਹਈਆ ਕਰ ਦਿੱਤੇ ਤਾਂ ਫਿਰ ਖਾਲਸਾ ਵੀ ਪੰਗਰ ਗਿਆ ਟੜਾ-ਟੜ ਆਪੋ ਆਪਣੇ ਨਾਮ ਪੁਕਾਰਨੇ ਸ਼ੁਰੂ ਕਰ ਦਿੱਤੇ ਨਾਵਾਂ ਦੀ ਪੁਕਾਰ شمار ਹੁੰਦੇ ਸਾਰ ਵੱਖੋ-ਵੱਖ ਨੀਤ ਜੇਲਾਂ ਨੂੰ ਨੀयत ਕਿਤੇ ਜਥੇ ਤੋਰ ਦਿੱਤੇ ਗਏ